ਉਸ ਹੱਕ ਕਰਨ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਗੱਲ ਹੀ ਹੱਡ ਜੂਗੀ ਨੁਕਲੋ ਹਾਂ ਮਾਰਾਂ ਤੇਰੇ ਪੁੱਠੇ ਹੱਥ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਬਾਗ ਦੀ ਤੇ ਤੇਲ ਪਾਉਂਦਾ ਫਿਰਦਾ ਸਮਝਾ ਤਾਹਾਂ ਚੱਕੋ ਕੇ ਸਰ ਆਂ ਬੈਠਾ ਹੁਣ ਨੀਮੀ ਪਾਈ ਦੱਸ ਤਾ ਕਿ ਗੱਲ ਹੋ ਗਈ ਗੱਲ ਹੋ ਗਈ ਤੈਨੂੰ ਪੱਛੀ ਨਹੀਂ ਤੈਨੂੰ ਡਰ ਨਹੀਂ ਕਿਸੇ ਗੱਲ ਦਾ ਨਾ ਮੈਂ ਤਾਂ ਕਿਸੇ ਦਾ ਡਰ ਨਹੀਂ ਹੈਗਾ ਮੈਂ ਰਾਖੜਾ ਮਰੂੰ ਡਰ ਨਹੀਂ ਤੈਨੂੰ ਵੱਡੇ ਖੱਬੀ ਖਾਨ ਨੂੰ ਕੱਢਾ ਕਬਈਲੀ ਹੋ ਗਿਆ ਤੂੰ ਮੈਂ ਤਾਂ ਬਹੁਤਾ ਡਾਕੂ ਮੇਰੇ ਨਾਲ 4 ਕਬਜੇ ਤੇ ਤੂੰ ਡਾਕੂ ਬਣਿਆ ਫਿਰਦਾ ਮੈਂ ਇਕੱਲਾ ਹੀ ਭਗ ਜਾਣਾ ਇਕੱਲਾ ਹੀ ਭਗ ਜਾਣਾ ਨਾਲੇ ਹੋਰ ਮੈਨੂੰ ਇੱਕ ਗੱਲ ਦੱਸ ਮੇਰਾ ਸਾਹ ਕਰ ਕਿੰਨੀ ਕੁੰਡੀ ਲਈ ਹੈ ਸਹੀ ਦੱਸੀ ਤੇਲ ਚ 1 ਰੁਪਏ ਦੀ ਮੈਂ ਲਈ ਮੈਂ ਮੁਲਾਜ਼ਮ ਨਾਲ ਗੱਲ ਹੋਈ ਆ ਮੈਰੀ ਮਾਰ ਮੱਟੇ ਤੂੰ ਹਾ ਕੁੱਟ ਦੂੰ ਮੈਂ ਫਟਕੜੀ ਜਾਣਾ ਤੂੰ ਪੱਲ ਤਾਂ ਤੂੰ ਉਹਦੇ ਪੱਠਾ ਬੋਲਿਆ ਮੈਨੂੰ ਫੋਨ ਤੇ ਛੱਦਾ ਬੋਲਿਆ ਤੂੰ ਨੇ ਕਿਹਾ ਜਿੱਤਨੂ ਐ ਬੋਲਣ ਜਦੋਂ ਤੈਨੂੰ ਤਮੀਜ਼ ਸਿਖਾਈ ਹੋਈ ਆ ਵੀ ਐ ਗੱਲ ਕਰਨੀ ਆ ਪ੍ਰਧਾਨ ਨਾਲ ਐਂ ਨਹੀਂ ਗਾ ਚੱਲਦੀ ਰਹਿੰਦੀ ਆ ਮੇਰਾ ਉੱਥੇ ਤੇਲ ਮੁੱਕ ਗਿਆ ਰਾਤ ਤੇ ਜੇ ਮੇਰੇ ਮੋਰ ਕੁੱਟ ਦਿੰਦਾ ਕੋਈ ਕੇਰੇ ਤਾਂ ਮੈਨੂੰ ਹਜੇ ਛੱਦਾ ਬੋਲਦਾ ਕੇਰੇ ਤਾਂ ਨਹੀਂ ਕਿਸੇ ਨੇ ਕੇਰੇ ਤਾਂ ਨਹੀਂ ਹਜੇ ਕਸ਼ਰਤੀ ਕੋਈ ਉਹ ਤਾਂ ਮੇਰੀ ਪਣੀ ਹੋਤੀ ਮੈਂ ਤੇਲ ਮੰਗਾ ਲਿਆ ਮੁੰਡਿਆਂ ਤੋਂ ਜੇ ਤਾਂ ਕੇਰੇ ਤੂੰ ਦੱਸ ਮੈਂ ਪੰਪ ਤੇ ਖੁਦ ਗਿਆ ਉੱਤੇ ਉਹ ਕਹਿੰਦਾ ਜੀ ਕੁੰਡੀ ਲਾਉਂਦਾ ਛੋਟਾ ਮੈਨੇਜਰ ਬੀਜਾ ਤੀ ਦਾ ਤੇਲ ਜਾਂਦਾ ਇੱਥੋਂ ਮੈਨੂੰ 1 ਰੁਪਏ ਦੇ ਬਾਕੀ ਪੈਸੇ ਦੱਚ ਕੇ ਮੈਨੂੰ 1 ਰੁਪਏ ਦੇ ਲਾਈ ਕਾਕੇ ਮੈਂ ਇੱਕ ਚੀ ਰੱਖ ਨੂੰ ਇੱਥੇ ਤੈਨੂੰ ਮੈਨੂੰ ਸੱਦਾ ਹੋ ਕੇ ਦੱਚ ਦੇ ਕਿੰਨੇ ਕਿੱਥੇ ਜਾਂਦੇ ਨੇ ਮੈਨਾਂ ਲਾਈ ਨਹੀਂ ਗਈ ਲੈ ਮਨਜਾ ਮੈਂ ਮਨਾਉਣ ਜਾਣਦਾ ਬੰਦੇ ਐ ਤੂੰ ਮੈਂ ਤਾਂ ਵੱਡੇ ਵੱਡੇ ਬੱਲੀ ਬਣਾ ਲੇ ਤਾਏ ਤੈਨੂੰ ਕਿਹੜਾ ਕਹਦਾ ਲਾਈ ਨਹੀਂ ਗੁੰਡੀ ਮਾਏ ਵਧੀਆ ਰਹੇਗਾ ਮਨਜਾ ਕਾਕੇ ਦੱਚ ਕਿੰਨੀ ਕੁੰਡੀ ਲਾਉਣਾ ਬੰਜਾ ਵਾਂਗੂ ਦੱਚ ਦੇ ਨਹੀਂ ਮਾਰ ਮਾਰ ਜੋ ਤੇਰਾ ਮੂੰਹ ਛੇਕ ਦੂ ਮੈਂ ਤਾਏ ਅੱਗੇ ਤੋਂ ਲਾਉਣਾ ਮਾਫ ਕਰਦੇ ਚੱਲ ਮਨ ਤਾਂ ਗਲਤੀ ਮਾਂ ਮੰਨ ਗਏ ਗਲਤੀ ਦੇਖ ਸਭ ਦੇ ਤਾਂ ਤੂੰ ਲਾਉਣਾ ਕੁੰਡੀ ਕਾ ਕੇ ਤੈਨੂੰ ਮੈਂ ਕਦੇ ਟੋਕਿਆ ਨਾ ਤਾਂ ਟੋਕੇ ਨਾ ਹੈਗਾ ਹੈ ਤੇਲ ਚੋ ਕੇ ਲਾਉਣਾ ਨਾਲ ਅੱਗੇ ਤਾਂ ਨਹੀਂ ਲੱਗਾ ਗਲਤੀ ਹੋ ਗਈ ਹੈ ਗਲਤੀ ਹੋ ਗਈ ਮੈਂ ਤੇਨੂੰ ਕੋਈ ਗੱਲ ਕਹੀ ਤੂੰ ਮੇਰੇ ਲਵੇ ਬੰਦਿਆਂ ਦਾ ਘਾਟਾ ਨਹੀਂ ਬੰਦੇ ਮੇਰੇ ਅੱਗੇ ਪਿੱਛੇ ਫਿਰਦੇ ਨੇ ਵੀ ਸਾਨੂੰ ਰੱਖ ਲੈ ਸਾਨੂੰ ਰੱਖ ਲੈ ਉਹਦਾ ਮੈਨੂੰ ਪਤਾ ਹਾਂ ਮੈਂ ਫੇਰ ਵੀ ਤੇਰੇ ਤੇ ਡੜਾਇਆ ਹੋਇਆ ਵੀ ਚੱਲ ਕੋਈ ਨਾ ਨਿਆਣਾ ਨਿਆਣਾ ਤੂੰ ਫੇਰ ਵੀ ਚੜੀ ਜਾ ਨਾ ਹੁਣ ਨਹੀਂ ਅੱਗੇ ਤਾਂ ਕਹਿੰਦਾ ਤੈਨੂੰ ਕੁਸ ਪਹਿਲਾਂ ਤਾਂ ਗੱਲ ਕਰਨ ਦੀ ਤਮੀਜ਼ ਸਿੱਖ ਲੈ ਵੀ ਕਿਵੇਂ ਪ੍ਰਧਾਨ ਨਾਲ ਗੱਲ ਕਰਨੀ ਹੈ ਸਮਝ ਗਿਆ ਗੱਲ ਸਮਝ ਗਿਆ ਤਾਏ ਹਾਂ ਅੱਜ ਤੋਂ ਬਾਅਦ ਤੇਲ ਮੁੱਕ ਗਿਆ ਜੇ ਗੱਡੀ 'ਚ ਅੱਗੇ ਤੇ ਨਹੀਂ ਮੁੱਕਣ ਦਾ ਤੈਨੂੰ ਦੁਨੀਆ ਤੋਂ ਮੁਕਾ ਦੂੰ ਮਾ ਠੀਕ ਆ ਤਾਏ ਅੱਗੇ ਤੇ ਨਹੀਂ ਮੁੱਕਣ ਦਾ ਮੈਂ ਤੈਨੂੰ ਦੱਸ ਤਾ ਹੁਣ ਗੱਲ ਆਪ ਦਾ ਪੜੀ ਵਿਚਾਰੀ ਵਾ ਠੀਕ ਆ ਠੀਕ ਐ ਵਾ ਅਏ ਕਰ ਹੁਣ ਚਾਚੀ ਲਿਆ ਬਣਾ ਕੇ ਕੈੜੀ ਜੀ ਫਿਰ ਚੱਲ ਚੱਲੀਏ ਕੱਬ ਜਿੱਥੇ ਮੈਂ ਜਾਣਾ ਚਾਹ ਲਿਆਣਾ ਬਲਾ ਕੇ ਹਾਂ ਹੁਣ ਮੈਂ ਤੈਨੂੰ ਦੱਸਤੀ ਗੱਲ ਆ ਹੈ ਲੋ ਟੰਡੇ ਨੇ ਅਨੇਕ ਕਰਾਇ ਬਣਾ ਖਰਦਾ ਨਹੀਂ ਤੀ ਅਸੀਂ ਅੱਜ ਡੰਗ ਫਰੀਆ ਨਾ ਇਹ ਤੇ ਬੰਦਾ ਬਣ ਗਿਆ ਦੇਖ ਬੱਕਰੀ ਵਾਂਗੂੰ ਨੰਗਾ ਲੈ ਜੋ ਮੈਨੂੰ ਲੱਗਦਾ 4 ਮਹੀਨੇ ਹੀ ਬੈੜੀ ਚੰਗੀ ਐ ਲੈ ਦੇ ਕਿ ਚੱਚੜੀਆਂ ਐ ਨਹੀਂ ਮੇਰੇ ਸਾਲਿਓ ਚੱਚੜੀਆਂ ਦਾ ਤੋੜ ਦੋ ਹੁਣ ਮੈਂ ਚੋਰ ਤੋੜਦਾ ਚੰਗਾ ਲੱਗਦਾ ਕਿਤੇ ਜੇ ਮੇਲੇ ਪਲਾਸ ਪਲੂ ਸੋਵੇ ਮੈਂ ਤਾਂ ਚੱਚੜੀਆਂ ਸਾਰੀਆਂ ਤੋੜ ਦੇ ਦਿਆਂ ਲੈ ਕਿੱਡੀ ਚੰਗੀ ਬੈੜੀ ਆ ਨਸੀਲ ਬਹੁਤ ਐ ਮੈਂ ਜੀ ਤਾਂ ਮੈਨੂੰ ਲੱਗਦਾ ਮੇਰੇ ਸਾਲਿਆਂ ਨੇ ਟਪਾ ਤੀ ਕਿਸੇ ਪਾਸੇ ਮਾਣਿਆ ਓਏ ਉਹ ਪਾਣੀ ਲੈ ਕੇ ਆਏ ਓਏ ਨਾ ਚਾਹ ਨਾ ਪਾਣੀ ਮੇਰੇ ਸਾਲੇ ਓਹੋ ਚਾਹ ਪਾਣੀ ਵੀ ਮਿਲ ਜੂਗਾ ਮਾੜਾ ਮੋਟਾ ਭਾਈ ਤੂੰ ਦਮ ਰੱਖਿਆ ਕਰ ਮੈਂ ਤੈਨੂੰ ਦੱਸਾਂ ਹਾਂ ਦੱਸ ਕੀ ਚਾਹੀਦਾ ਜੀ ਮੈਂ ਤਾਂ ਮਾਣੋਂ ਨੂੰ ਕਾਦਾ ਬੋਲ ਮਾਰੀ ਜਾਂਦਾ ਵੀ ਚਾਹ ਪਾਣੀ ਲਿਆ ਭਾਈ ਟੜਕੇ ਦਾ ਦੇਖ ਲਾ ਉਰੀ ਬੈਠਾ ਮੈਂ ਦੇਖ ਲੈ ਕਾ ਨੂੰ ਛੇੜੇ ਛੇੜਦਾ ਮਾਣੋਂ ਦੇ ਤੂੰ ਚੁੱਪ ਕਰ ਜਾ ਟੱਕੀ ਰਹਿਣ ਦੇ ਗੱਲ ਨੂੰ ਉਹ ਤਾਂ ਸਾਡੇ ਨਾਲ ਆਈ ਸੀ ਕਰਕੇ ਗਈ ਹੈ ਜਿਹੜੀ ਕਹਿੰਦੇ ਹੁੰਦੇ ਨੇ ਕੀ ਗੱਲ ਹੋ ਗਈ ਗੱਲ ਕੀ ਹੋਣੀ ਸੀ ਕਹਿੰਦੀ ਮੈਂ ਮੇਰੀ ਇੰਗਲੈਂਡ ਵਾਲੀ ਮਾਸੀ ਕੋਲੇ ਜਾਣਾ ਹੈ ਅੱਛਾ ਫੇਰ ਫੇਰ ਕੀ ਮੈਨੂੰ ਦਿਓ ਢੂੜ ਲੱਖ ਰੁਪਈਆ ਅਸੀਂ ਕਿੱਥੋਂ ਲਈਏ ਹੁਣ ਆਪਦੀ ਮਾਸੀ ਕੋਲੇ ਵਾਗੀ ਪੰਲੋ ਦੀ ਮਾਂ ਕੋਲੇ ਅੱਛਾ ਵੀ ਹੁਣ ਉਹ ਦੇਊਗੀ ਹੈ ਹਾਂ ਉਹ ਕਹਿੰਦੀ ਵੀ ਮੈਂ ਵੀ ਜਾਊ ਨਾਲ ਤੇਰੀ ਟਿਕਟ ਲਾ ਦੂੰ ਭਾਈ ਲਾ ਦੇ ਹੁਣ ਸਾਰੇ ਤਾਂ ਹੱਥ ਖੜੇ ਨੇ ਫੇਰ ਮੈਂ ਕੀ ਕਰਾਂ ਭਾਈ ਅੱਛਾ ਜੀ ਬੜਾ ਵਾ ਉੱਤਿਆ ਭਾਈ ਹੈ ਆ ਦੇਖ ਲੈ ਆ ਕੁਛ ਕਰਕੇ ਗਈ ਹੈ ਇਹ ਇਹਨਾਂ ਨੂੰ ਕਿੱਧਰੋਂ ਚੰਬ ਚੜ ਗਿਆ ਵਿਆਹ ਕਰਾ ਕੇ ਛੱਡ ਕੇ ਮਗ ਜਾਂਦੀਆਂ ਨੇ ਉਧਰ ਉਧਰ ਉਂਗਣਾ ਆਉਂਦੇ ਨੇ ਫਿਰ ਆ ਜਾ ਚੱਲੀਏ ਇੱਕ ਵਾਗੀ ਦੂਜੀ ਨੂੰ ਰੀਸਾ ਮੈਂ ਵੀ ਜਾਣਾ ਹੈ ਹੋ ਤਾਂ ਕੋਈ ਕੰਮ ਨਹੀਂ ਰਿਹਾ ਕਿਉਂ ਇੱਥੇ ਤਾਂ ਕੰਮ ਨਹੀਂ ਬਣਦਾ ਉੱਥੇ ਦਿਨ ਰਾਤ ਕੰਮ ਕਰਦੀਆਂ ਨੇ ਉਹ ਚੰਗਾ ਹੈ ਫਿਰ ਇਹ ਸੰਦੀਪ ਨੂੰ ਤਾਂ ਬੁਲਾਉਂਦੇ ਹੋਣੀ ਆਪਣੇ ਬੇਟੇ ਨੂੰ ਉਧਰ ਅਵੇ ਮੇਰੀ ਗੱਲ ਸੁਣ ਲੈ ਅਸੀਂ ਤਾਂ ਤਾਰ ਤੇ ਹੋਨੇ ਬਾਈ ਮੈਂ ਤਾਂ ਉਹਦੇ ਨਾਲ ਮਸਾਂ ਟਾਈਮ ਕੱਟਿਆ ਹੁਣ ਤੱਕ ਸਮਾਂ ਵਧੀਆ ਰਹਿ ਗਿਆ ਗਲੋਗਲਾਮਾ ਲੈ ਗਿਆ ਮੇਰੇ ਤਾਂ ਭਾਈ ਮੈਨੂੰ ਤਾਂ ਦੇਖੋ ਉਹਦੀ ਲੋੜ ਨਹੀਂ ਹੈਗੀ ਹਾਂ ਅਸੀਂ ਤਾਂ ਉਹੀ ਗੱਲ ਲੈ ਕੇ ਹੁਣ ਦੇਖਦੀਆਂ ਸੰਦੀਪ ਨਾ ਗੱਲ ਕਰਦੀਆਂ ਕੋਈ ਰਏ ਕਰਕੇ ਹੋਰ ਹੁਲਾ ਫੱਟਾਂਗੇ ਅੱਛਾ ਫੇਰ ਹੋਰ ਕਰੋਗੇ ਸੰਦੀਪ ਦਾ ਵਿਆਹ ਲੈ ਮੇਰਾ ਮੁੰਡਾ ਕੀ ਬੁੜਾ ਹੋ ਗਿਆ ਬੇ ਨਾਲੇ ਤੂੰ ਐਨੀ ਗੱਲ ਦੇਖ ਬਾਈ ਤੂੰ ਸਿਆਣਾ ਹੈ ਕੋਈ ਕੰਡੇਰ ਨਹੀਂ ਬੀਜ ਕੇ ਗਈ ਪਰ ਜੇ ਇੱਥੇ ਗੂਹ ਖੰਡਿਆ ਪਿਆ ਹੁੰਦਾ ਮੈਂ ਕੀ ਸੰਭਾਲਦੀ ਉਹਨੂੰ ਆਏ ਨਹੀਂ ਬੋਲਦੇ ਹੁੰਦੇ ਭੈਣ ਜੀ ਬੋਲਦੇ ਕਿਉਂ ਨਹੀਂ ਹੁੰਦੇ ਹੋਰ ਫਿਰ ਮੈਂ ਕੀ ਕਰਾਂ ਸਾੜਨਾ ਕਰਕੇ ਗਈ ਹੈ ਜਿਹੜੀ ਤੁਸੀਂ ਐਂ ਕਹਿ ਦੋ ਵੀ ਜਵਾਖ ਨਹੀਂ ਜੱਲਾ ਨਹੀਂ ਕਿੱਦਰੇ ਗੋ ਮੈਂ ਫਿਰ ਹੋਰ ਕੀ ਕਹਾ ਬੂੜੀਆਂ ਤਾਂ ਹੀ ਕਹਿੰਦੀਆਂ ਹੁੰਦੀਆਂ ਨੇ ਜਵਾਖ ਜੱਲਾ ਸਿੱਧਾ ਤੀਰ ਤਾਂ ਵੱਜਦਾ ਨਹੀਂ ਗੱਲ ਨੂੰ ਗੇੜ ਪਾ ਕੇ ਕਹਿਣੀ ਪੈਂਦੀ ਐ ਉਹ ਗੱਲ ਤਾਂ ਮੈਂ ਥੋੜੀ ਸਮਝ ਗਿਆ ਹਾਂ ਇਹ ਵੀ ਲੋਟ ਆ ਮੈਂ ਤੇ ਸੰਦੀਪਾ ਇਕੱਠੀ ਕਰਾ ਲਾਂਗੇ ਵਿਆਹ ਪਹਿਲਾਂ ਤੇਰਾ ਹੋ ਜਾ ਬਾਈ ਮੇਰੇ ਸੰਦੀਪੀ ਤੇ ਦੇਖੀ ਜਾਊਗੀ ਹੈ ਆਵਰੇ ਕੰਮ ਨੂੰ ਭੱਜਿਆ ਫਿਰਦਾ ਸਾਡਾ ਘਰ ਉੱਜੜ ਗਿਆ ਤੂੰ ਸਾਡੇ ਵਾਰ ਦਾ ਸੋਚ ਲੈ ਨਾ ਜਿਹੜਾ ਮੇਰਾ ਉੱਜੜ ਗਿਆ ਹੈ ਵੇ ਤੇਰਾ ਦਾ ਸਰ ਜੂ ਤੂੰ ਚੁੱਪ ਕਰ ਜਾ ਆਇਆ ਕਿ ਮੈਂ ਸਰਜੂ ਮੈਂ ਕੀ ਕਿਸੇ ਦਾ ਜਵਾਬ ਨਹੀਂ ਕੀ ਹੋਇਆ ਜੇ ਮੇਰੀ ਬੀਬੀ ਮੈਨੂੰ ਛੱਡ ਕੇ ਤੁਰ ਗਈ ਵੇ ਦੇਖ ਲੈ ਵੇ ਜਦੋਂ ਤੂੰ ਜਵਾਬ ਦੇ ਰਿਹਾਕ ਦੀ ਹੁਣ ਤਾਂ ਸਿਆਣਾ ਵਹਿਣਾ ਹੋਗਾ ਸਬਰ ਕਰ ਹੁਣ ਤੂੰ ਕੀ ਕਰਵਾ ਦੱਸਾ ਓਏ ਆ ਪੇਣ ਜੀ ਉਹ ਮੈਂ ਕੀ ਤੇ ਸਾਰੀ ਜ਼ਿੰਦਗੀ ਕੱਟੂੰਗਾ ਮੇਰੀ ਤਾਂ ਜ਼ਿੰਦਗੀ ਬਹੁਤ ਵੱਡੀ ਐ ਮੈਂ ਹੱਥ ਦਿਖਾਇਆ ਤੇ ਕਿਸੇ ਬਾਬੇ ਨੂੰ ਕਹਿੰਦਾ ਤੂੰ ਤਾਂ 100 ਸਾਲ ਨਹੀਂ ਮਰਦਾ ਮੈਂ ਤਾਂ ਹਜੇ 55 ਸਾਲਾਂ ਦੀ ਹੋਇਆ ਮੈਂ ਮਰ ਜਾਣ ਲੱਗਿਆ ਮੈਨ ਨਿਕਲ ਲਗੇ ਮੇਰੇ ਵੇ ਨਿਕਲ ਜਾਣਗੇ ਕਿ ਮੈਂ ਮਰਨ ਲੱਗ ਰਿਹਾ ਦੱਸ ਖੌਂਸੜੇ ਖਾਵੇਂਗਾ ਪਹਿਲਾ ਜਿਵੇਂ ਜੀਤੋ ਤੋਂ ਖਾਂਦਾ ਹੁੰਦਾ ਸੀਗਾ ਹੈ ਉਹੀ ਕਪੂਦ ਆ ਕੇ ਡਾਊ ਤੇਰੇ ਨਾਲ ਕੋਈ ਕੱਟਣ ਵਾਲੀ ਨਹੀਂ ਹੁੰਦੀ ਮੈਂ ਤੈਨੂੰ ਦੱਸਾਂ ਤੂੰ ਸਾਨੂੰ ਕੋਈ ਆਪਦਾ ਹੱਲ ਕਰ ਲੈਣ ਦੇ ਹੁਣ ਮੇਨ ਤਾਂ ਆਫੇਕਰ ਖੜਾ ਹੋ ਗਿਆ ਵੀ ਮੈਂ ਨਮੀ ਆਉ ਖਾਣੀ ਕਹੀ ਜੀ ਆਉਗੀ ਭਾਈ ਉਹਦਾ ਚਲ ਫੇਰ ਵੀ ਮੇਨਾਂ ਕੁਟ ਮਾਰ ਖਾ ਕੇ ਕੱਟੀ ਜਾਂਦੀ ਈ ਨਾ ਕੋਈ ਮਾੜਾ ਨਹੀਂ ਹੋਇਆ ਬਹੁਤ ਵਧੀਆ ਹੋ ਗਿਆ ਹੁਣ ਐ ਕਰਾਂਗੇ ਇੱਕ ਦਿਨ ਰੱਖਾਂਗੇ ਵਿਆਹ ਇੱਕੇ ਬੈਲ ਸਹੂ ਇੱਕੇ ਹਲਵਾਇਓ ਤੂੰ ਦੇਖੀ ਬਰ ਅੱਧਾ ਖਰਚਾ ਕੰਮ ਤੋਂ ਘੜਾ ਹਾ ਹਾ ਕਣੀ ਤੈਨੂੰ ਕੌਮ ਸਮਝਾਵੇ ਹਾਂ ਉਹੀ ਗੱਲ ਆ ਮੈਂ ਕੀ ਦੇ ਨਰਾਏ ਕਰਾਂ ਜੇ ਤੇਰੇ ਨਾਲ ਗੱਲ ਕਰਦੀ ਤਾਂ ਤੂੰ ਨਹੀਂ ਜੱਜ ਦੀ ਗੱਲ ਕਰਦਾ ਕਰਨੈਲ ਆ ਉਹ ਮੇਰੇ ਕਹਿੰਦੀ ਭਾਈ ਵਾ ਜਾਉਂਦਾ ਹੈ ਕਹਿੰਦਾ ਤੂੰ ਨਹੀਂ ਕੱਟਦੀ ਉਹਦੇ ਨਾਲ ਲੈ ਦੱਸ ਕੀ ਕਰਾਂ ਦੇਖੋ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਦੁੱਖ ਨੇ ਇਹ ਜ਼ਿੰਦਗੀ ਤਾਂ ਹੱਸ ਖੇਡ ਕੇ ਨਿਕਲਦੇ ਆ ਭੈਣ ਜੀ ਰੋ ਕੇ ਟਾਈਮ ਪਾਸ ਨਹੀਂ ਹੁੰਦਾ ਹੁੰਦਾ ਵੇ ਮੇਰੇ ਜਿੰਨੇ ਦੁੱਖ ਦਾ ਕਿਸੇ ਨੂੰ ਨਾ ਹੋਂ ਹੈ ਨਾ ਤਾਂ ਮੇਰੀ ਨੂੰਹ ਬਣੀ ਨਾ ਬਣਾ ਚੱਲ ਮਾੜਾ ਮੋੜਾ ਸੰਦੀਪ ਵਿਚਾਰਾ ਸੁਣ ਲੈਂਦਾ ਨਾ ਸਾਰੀ ਉਮਰ ਮੇਰਾ ਕਰਨੈਲ ਬਣਿਆ ਮੇਰਾ ਤਾਂ ਕੋਈ ਬਣਿਆ ਹੀ ਨਹੀਂ ਸੱਚ ਫਿਰ ਇਹ ਕਰਨੈਲ ਫਿਰ ਹੁਣ ਇੱਧਰ ਤਾਂ ਆਪਣਾ ਤਲਾਕ ਹੋ ਜਾ ਫਿਰ ਪੰਤ ਕਹਿੰਦਾ ਪੈਂਦਾ ਛੁੱਟ ਜਾਊਗਾ ਤੁਹਾਡਾ ਹਾਂ ਹੈ ਫਿਰ ਪ੍ਰੀਤੋਂ ਦਾ ਤਾਂ ਘਿਹੜਾ ਛੱਡ ਦੂ ਇਹ ਕੀ ਪਤਾ ਲੱਗਦਾ ਬਾਈ ਇਹਦਾ ਮਨ ਕਰੇ ਬਾਈ ਇਹ ਤਾਂ ਇਹ ਜਿਹਾ ਬੰਦਾ ਹੈ ਅਰਬੀ ਮਨ ਕਰੇ ਮੇਰਾ ਘਿਹੜਾ ਛੱਡ ਦੂ ਪ੍ਰੀਤੋਂ ਦਾ ਘਿਹੜਾ ਨਹੀਂ ਛੱਡਦਾ ਹਾਂ ਕਈ ਵਾਰੀ ਪਿਛਲੇ ਜਨਮ ਦਾ ਸਰਬੰਧ ਹੁੰਦਾ ਬੰਦੇ ਦਾ ਕੋਈ ਪਤਾ ਨਹੀਂ ਉਹਦਾ ਮੈਨੂੰ ਤਾਂ ਆਪ ਦਾ ਖਤਰਾ ਹੋ ਰਿਹਾ ਠੀਕ ਕਿਤੇ ਮੈਨੂੰ ਇਹਨਾਂ ਛੱਡ ਦੇ ਮੈਂ ਕੀ ਕਰੂੰ ਮੈਂ ਕਿਹੜੇ ਤੋਬੇ ਪੱਤਣ ਲੱਗੂੰਗੀ ਜੇ ਮੈਨੂੰ ਘਰੋਂ ਕੱਢਦਾ ਇਹਨੇ ਚਲ ਭਾਈ ਜੀ ਤੁਹਾਡੇ ਤਾਂ 2 ਸਾਲ ਹੀ ਨੇ ਪਤਾ ਨਹੀਂ 2 ਨੇ ਪਤਾ ਨਹੀਂ 3 ਤੂੰ ਤਾਂ ਮਰ ਜੂਗੇ ਪਰ ਇਤੋਂ ਤਾਂ ਚੱਲ ਹੈਗੀ ਉਹਦਾ ਵੀ ਟਾਈਮ ਪਾਸ ਹੋ ਜਾਊਗਾ ਲੈ ਦੇਖ ਲੈ ਮੈਨੂੰ ਤਾਂ ਮਰੀਏ ਭਾੜ ਦੇ ਨਹੀਂ ਹੱਦ ਹੋ ਰਹੀ ਐ ਬਈ ਐ ਤਾਂ ਮੈਂ ਵੀ ਘਰ-ਬਾਰ ਬੰਨੇ ਆਇਆ ਜ਼ਿੰਮੇਵਾਰੀ ਐ ਮੇਰੀ ਬਸ ਬਸ ਤੁਸੀਂ ਐ ਕਰੋ ਬਹੁਤ ਹੋ ਗਿਆ ਰੌਲਾ ਗਵਾਂਡੀ ਸੁਣਦੇ ਹੋਣਗੇ ਤੁਸੀਂ ਮੈਨੂੰ ਚਾਹ ਪਾਣੀ ਲਿਆ ਕੇ ਦੋ ਲਿਆ ਰਾਨੀਆਂ ਜੀ ਸ਼ਾਬਾਸ਼ ਮੈਂ تمہਾਰੋ ਇਹਨੂੰ ਚਾਹ ਦੀ ਮੱਟਾ ਮੁੱਟਾ ਬਣਾ ਲਿਓ ਅੱਜ ਕੋਸਾ ਅਗਲ ਅੱਗੇ ਸਰਦ ਦੋ ਵਿਆਹ ਇਕੱਠੇ ਹੋਣਗੇ ਮੈਂ ਹਲਵਾਈ ਨੂੰ ਪੁੱਛਦਾ ਹੁਣ ਰੋ ਸਾ ਕਰਨ ਹੱਕ ਹੈ ਤੇਰਾ ਚੰਗੀਆਂ ਨਹੀਂ ਲੜਾਈਆਂ ਵੇ ਕਾਲਜ ਦੇ ਵਿੱਚ ਗੱਲ ਹੀ ਹੱਡ ਜੂਗੀ ਨੋ ਕੋ ਹਾਂ ਮਾਰਾਂ ਤੇਰੇ ਪੁੱਠੇ ਹੱਥ ਦਾ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਬਾਗ ਦੀ ਤੇਲ ਪਾਉਂਦਾ ਫਿਰਦਾ ਕੰਜਰਾ ਕੀ ਹੋ ਗਿਆ ਬੋ ਜਵਾੜਾ ਹਲਿਆਤਾ ਹਲਿਆਮਾ ਜਵਾੜਾ ਕੀ ਹੋ ਗਿਆ ਮੱਛੀ ਕੀ ਮੱਛੀ ਗਾਣੇ ਤੇ ਮੱਛੀ ਮੱਛਾ ਕਿਵੇਂ ਨਾ ਹਾਂ ਇਹ ਤਾਂ ਛੋਲੇ ਕਾਉਣ ਦੀ ਹੋ ਰਹੀ ਐ ਕਿਉਂ ਮੇਰਾ ਘਰ ਉਜੜ ਗਿਆ ਕੰਜਰਾ ਘਰ ਵੱਜਿਆ ਕਿਤੇ ਦੀ ਹੁਣ ਕੀ ਹੋ ਗਿਆ ਮੇਰਾ ਹਲਾ ਘੰਟਾ ਕਢੀ ਜਾਂਦਾ ਘਰ ਉਜੜ ਜਾਂਦਾ ਘੰਟਾ ਕਢੀ ਆਉਣਾ ਘਰ ਬਸ ਜਾਂਦਾ ਕੀ ਹੋ ਗਿਆ ਹੁਣ ਕੀ ਦੱਸਾਂ ਤੈਨੂੰ ਕੀ ਹੋ ਗਿਆ ਉਹ ਲੜਕੇ ਦੇਖ ਲੈ ਸੰਦੀਪ ਨਾਲ ਮਾਨੋ ਬਾਗੀ ਬਾਈ ਕਹੀਂ ਮੈਂ ਤਾਂ ਬਾਹਰਲੇ ਦੇ ਜਾਣਾ ਮੈਨੂੰ 2 ਡੂੜ ਲੱਖ ਰੁਪਏ ਚਾਹੀਦੇ ਬਾਹਰਲੇ ਦੇਸ ਉਹ ਮਾਸੀ ਕੋਲੇ ਬਾਗੀ ਜਿਹੜੀ ਆਈ ਸੀ ਇੰਗਲੈਂਡ ਵਾਲੀ ਹਾਂ ਜਾਉਂਗੀ ਕਹੀਂ ਉਹਦੇ ਕੋਲੇ ਪੈਸੇ ਚਾਹੀਦੇ ਨੇ ਦੂਈ ਮਾਸੀ ਕੋਲੇ ਬਾਗੀ ਪਾਲੋ ਦੀ ਮਾਂ ਕੋਲੇ ਅੱਛਾ हां टिकट ਤਾਂ ਹੋ ਮੈਨੂੰ ਵੀ ਕਹਿ ਕੇ ਕੀਤੀ ਵੀ ਤੇਰੇ ਨਾਲ ਕਰਾਂਗੀ ਜਿੰਦਰਾ ਕੀ ਕਹੀਂ ਜਾਂਦਾ ਤੂੰ ਜਾਊ ਬਾਬਾ ਵੀ ਨਾਲ ਮੇਰਾ ਸਾਲਾ ਬਾਹ ਲੁੱੱਚਾ ਬੰਦਾ ਮਾਂਪਾਰ ਦੀ ਬਾਹਰ ਲੈ ਗਿਆ ਹੁਣ ਆਪਣਾ ਹੁਣ ਫਿਰ ਕਿੱਥੇ ਗਈ ਆ ਮਾਨੋ ਹੁਣ ਆਈ ਨਾਸੀ ਕੋਲੇ ਹੂੰ ਕਹੀਂ ਉਹਦੇ ਨਾਲ ਜਾਊਂਗੀ ਉਹ ਲਾਊਗੀ ਮੇਰੀ ਟਿਕਟ ਮਾਰ ਜਾ ਉਹਦੇ ਨਾਲ ਹੈ ਬਾਹਰ ਜਾਊ ਉਹਦੇ ਨਾਲ ਅੱਛਾ ਮੇਰੀ ਤਾਂ ਜਾਨ ਫੜੀ ਪਈ ਐ ਹੁਣ ਦੱਸ ਦਵਾਰੇ ਦਵਾਰੇ ਚੱਲ ਹੁਣ ਤੇਰੇ ਕੋਲੇ ਗੱਲ ਆ ਜਾਊ ਮੇਰਾ ਸਾਲਾ ਆਪਣਾ ਕੰਜਰ ਵੀ ਤੇ ਉਹ ਕਰ ਤੋ ਜਾਊਗਾ ਲੈ ਆ ਕੇ ਦੱਸ ਕਰ ਲਿਆ ਪਹਿਲਾ ਹੈ ਕਰ ਲੈ ਭਲਾ ਮਾੜੇ ਦਾ ਮਹਿਤੀ ਮਰ ਜਾਣਾ ਹੁੰਦਾ ਉਹੀ ਗੱਲ ਆ ਉਹ ਤਾਂ ਮੈਨੂੰ ਦੱਸ ਕੇ ਗਈ ᱛੀ ਪਰਦੇ 'ਚ ਦੱਸ ਕੇ ਗਈ ᱛੀ ਕਹਿੰਦੀ ਜਦੋਂ ਤੁਸੀਂ ਜਾਇਓ ਸਾਰੇ ਆਇਓ ਕਹਿੰਦੀ ਟਿਕਟਾਂ ਮੈਂ ਆਪੀ ਤੋਰੂੰ ਇਹ ਐਡਾ ਬੰਦਾ ਹਰਾਮੀ ਐ ਜਾਊ ਬਾਹਰੇ ਐਂ ਦੇਖ ਲਈ ਬਾਹਰ ਦੀ ਬਾਹਰ ਜਾਊ ਇਹ ਉਹ ਮੈਂ ਮਰ ਜਾ ਬੇ ਜੇ ਹੁਣ ਭਾਈ ਮੇਰੇ ਆਇਆ ਹੋਇਆ ਆਪਣਾ ਮੇਰਾ ਖਾ ਨਾਲ ਆਇਆ ਹੋਇਆ ਪਰਚਾ ਮੈਨੂੰ ਵੀ ਜਾਣਾ ਪਊਗਾ ਫਿਰ ਹੁਣ ਸਾਹਮਣਾ ਪਾਊਗਾ ਉੱਧਰ ਜਾ ਕੇ ਇਹ ਕੀ ਗੱਲ ਫਿਰ ਮੈਂ ਇੱਥੇ ਗੋਹਾ ਕੂੜਾ ਡੇਗਣ ਜੋਗਰੀ ਰਹਿਣਾ ਮੈਂ ਤਾਂ ਆ ਬਗ ਜੂ ਕਿਸੇ ਪਾਸੇ ਮੈਂ ਕਿਸੀ ਘਰ ਆਉਣਾ ਕਰ ਮੈਨੂੰ ਕੀ ਲੋੜਾ ਸਾਹਮਣ ਦੀ 60 ਸਾਲ ਤੋਂ ਬਾਅਦ ਮਨਾਹੀ ਆ ਸਾਡੇ ਸਾਜ ਦੀ ਪੈਨਸ਼ਨ ਲੱਗੀ ਹੋਈ ਆ ਉਹਨੂੰ ਨਿ ਚੜਨ ਦਿੰਦੇ ਜਾਹਤ ਚ ਉਹ ਕਹਿੰਦੇ ਜੀ ਦੀ ਪੈਨਸ਼ਨ ਆ ਉਹ ਜਾਹਤ ਚ ਨਾ ਚੜੇ ਉਹਨੂੰ ਆਰਡਰ ਨਹੀਂ ਹੈਗੇ ਜਾਹਤ ਚ ਚੜਨ ਦੇ ਮੈਂ ਤਾਂ ਆਦੀ ਪੈਸੇ ਨਹੀਂ ਲੈਣੀ ਜਾਂਦੀ ਮੈਂ ਤਾਂ ਲੋੜ ਨਹੀਂ ਤੂੰ ਨਹੀਂ ਜਾ ਸਕਦੀ ਬੋ ਕੈਨੇਡਾ ਹੁਣ ਮੇਰੀ ਗੱਲ ਸੁਣ ਲਾ ਉਹਦੀ ਰਾਖੀ ਰੱਖਣੀ ਪਊਗਾ ਪੰ ਨਹੀਂ ਵੇਜਿੰਦਾ ਬਾਬੇ ਦੀ ਰਾਖੀ ਰੱਖਣੀ ਪਊ ਨਾ ਹੋ ਟੱਪ ਜੂ ਬਾਹਰ ਦੀ ਬਾਹ ਘਰ ਦੇ ਕੰਮ ਬਣਨ ਨਾ ਬਣਨਾ ਖੇਤ ਦੇ ਕੰਮ ਚ ਸਾਰੇ ਰਹਿ ਜਾਣ ਪਰ ਤੂੰ ਤੇਰੇ ਬਾਬੇ ਦੀ ਨਿਗਾਹ ਰੱਖੀ ਫਿਰ ਇਹਦਾ ਨਹੀਂ ਪਤਾ ਕਰੋ ਚੰਦ ਚਾੜ ਦੇ ਰਖਣੀ ਪਊ ਅੰਬੋ ਰਖਣੀ ਪਊ ਤੈਨੂੰ ਮੈਂ ਗੱਲ ਦੱਸਦਾ ਜੇ ਇਹ ਇੰਗਲੈਂਡ ਵਾ ਗਿਆ ਬਾਬਾ ਬਾਬਾ ਇੰਗਲੈਂਡ ਵਾ ਗਿਆ ਬਾਸੀ ਬਣ ਜੂ ਬਾਹਰਲਾ ਇਹ ਹਾਂ ਇਹ ਤਾਂ ਜ਼ਮੀਨ ਇਹਦੇ ਨਾਮ ਆ ਘਰ ਇਹਦੇ ਨਾਮ ਆ ਗਰੇਜਣ ਨਾ ਕਿਸੇ ਨਾ ਕਰੇ ਵਾਪਰਾ ਦੂ ਇਹ ਉਧਰ ਇਹ ਤਾਂ ਐਡਾ ਹਰਾਮੀ ਬੰਦਾ ਬੂ ਐ ਵੀ ਹੋ ਜਾਂਦਾ ਏ ਹੋ ਜਾਂਦਾ ਬਾਈ ਹੁਣ ਉਧਰ ਵੀ ਕਰੇਵਾ ਤਾਂ ਪਰੌਂਦੀ ਹੋਣਗੀਆਂ ਇਹ ਤਾਂ ਨਾਲੇ ਉਹ ਵੀ ਫਿਰ ਮੋਹ ਤੋੜ ਹੋ ਗਿਆ ਮੋਹ ਤਾਂ ਹੀ ਨਹੀਂ ਆਪਣੇ ਨਾਲ ਇਹਦਾ ਆਪਣੇ ਨਾਲ ਤਾਂ ਮੋਹ ਹੀ ਨਹੀਂ ਤਾਂ ਬਾਹਰ ਲੈਣੀ ਮੋਹ ਹੈ ਇਹਦਾ ਤਾਂ ਵੇ ਮੇਰੀ ਗੱਲ ਸੁਣ ਲੈ ਨਾਲੇ ਜਿੰਦਰਾ ਸਾਰਾ ਹੱਥ ਮੱਥੇ ਇਸੇ ਦੇ ਆ ਆਪਣੇ ਕੋਲ ਤਾਂ ਕੁਝ ਹੈ ਨਹੀਂ ਘਾਰੇ ਦੇ ਨਾਉ ਜਮੀਨ ਇਹਦੇ ਨਾਉ ਕੰਜਰ ਆਪਾਂ ਤਾਂ ਉਹ ਹੀ ਕਹਿੰਦਾ ਟੋਕਰੀ ਢੋਣ ਜੋਗੇ ਆ ਕਰਦੀ ਆਪਾਂ ਤਾਂ ਬਾਈ ਆਪਾਂ ਤਾਂ ਗੁਹਾ ਕੂੜਾ ਸੱਟਣ ਵਾਲੇ ਬੰਦੇ ਆ ਆਪਾਂ ਤਾਂ ਸਾਰਾ ਦਿਨ ਘਟਾ ਢੋਣ ਵਾਲੇ ਜਾਨਵਰ ਆ ਇਹਦਾ ਫਿਰ ਹੁਣ ਕੋਈ ਹੱਲ ਵੀ ਦੱਸ ਮੈਨੂੰ ਕੀ ਹੈ ਹੱਲ ਤੇਰਾ ਕੀ ਰੱਖਣੀ ਪਊ ਹੱਲ ਤਾਂ ਹੋਰ ਹੈ ਨਹੀਂਗਾ ਵੇਗਾਵਰ ਕਰ ਲਈ ਵੀ ਕਿਤੇ ਮੇਰਾ ਘਰ ਨਾ ਉਜੜ ਜਾਏ ਪਹਿਲਾ ਮੁੰਡੇ ਵਾਲੀ ਵਾਗੀ ਕਿਤੇ ਹੁਣ ਮੈਨੂੰ ਵੀ ਨਾ ਜਾਣਾ ਪਏ ਘਰ ਛੱਡ ਕੇ ਹੱਲ ਤਾਂ ਜਾ ਫਿਰ ਆਏ ਆ ਆਪਣਾ ਕਾਲੂ ਨੂੰ ਫੋਨ ਕਰ ਦਾਂਗੇ ਤਲਾਲੀਏ ਨੂੰ ਅੱਛਾ ਉਹਦਾ ਮਿੱਤਰ ਆ ਡਰਾਈਵਰ ਜਹਾਜ਼ ਦਾ ਅੱਛਾ ਆਪਈ ਉਹਨੂੰ ਕਹਿ ਦਾਂਗੇ ਵੀ ਐ ਕਰਕੇ ਕਾਲੂ ਜਦੋਂ ਇਹ ਜਹਾਜ਼ 'ਚ ਬਹਿ ਗਿਆ ਤੇਰੇ ਮਿੱਤਰ ਨੂੰ ਕਹੀਂ ਵੀ ਆ ਉਹ ਮਰਦਾ ਬੰਦਾ ਕਰਨੈਲ ਨਾ ਉਹ ਆ ਪਿੰਡ ਨਮੋਲ ਆ ਹੈ ਵੀ 60 ਤੋਂ ਤਹਾਂ ਹੂ 2-4 ਸਾਲ ਉਮਰ ਹਾਂ ਵੀ ਜਦੋਂ ਇਹ ਬਹਿ ਗਿਆ ਜਹਾਜ਼ 'ਚ ਇਹਨੂੰ ਫੜ ਕੇ ਮਾਂ ਥੱਲੇ ਤਾਰ ਦੇ ਫੇਰ ਤਾਂ ਥੋਲੇ ਆਵਾਂਗੇ ਮੈਨਾਂ ਕਿਨੇ ਉਹੀ ਗੱਲਾਂ ਮੈਨੂੰ ਸਾਬਰ ਆ ਜਾਈ ਫੜ ਕੇ ਜਾਜ ਥੱਲੇ ਸਿੱਟੀ ਦੇਵੇ ਪਰ ਹਾਂ ਫਿਰ ਡਰਾਈਵਰ ਨੂੰ ਆਪਾਂ ਕਾਲੂ ਨੂੰ ਕਹਿ ਦੂ ਮੈਂ ਫੋਨ ਕਰਕੇ ਆਥ ਨੇ ਤੁਲਾ ਲੀਏ ਨੂੰ ਵੀ ਐ ਕਰਕੇ ਗਾਉ ਰੱਖੀ ਚੜੂ ਜਰੂਰ ਜਾਜ ਅਗਲਾ ਤਾਂ ਮੈਂ ਚੜ੍ਹਨ ਨਹੀਂ ਦਿੰਦਾ ਮੈਂ ਮਾਂ ਕਰ ਮੈਂ ਕਰ ਰਹੂਗੀ ਤੂੰ ਇਹਦਾ ਮਾਗਰਾ ਨਾ ਛੱਡੀ ਹਾਂ ਮੈਂ ਪਿੱਛਾ ਨਹੀਂ ਹਾਂ ਹਾਂ ਪਿੱਛਾ ਨਾ ਛੱਡੀ ਸਾਰੀ ਗੱਲ ਬਾਤ ਦੀ ਸੀਆਈਡੀ ਲੈ ਕੇ ਮੈਨੂੰ ਦੱਸਦਾ ਰਹੀ ਨਾ ਨਾ ਸੀਆਈਡੀ ਤਾਂ ਮੈਂ ਜੇ 2 4 ਪੜਿਆ ਹੁੰਦਾ ਬਹੁ ਮੈਂ ਹੁਣ ਨੂੰ ਅਫਸਰ ਲੱਗਿਆ ਹੁੰਦਾ ਸੀਆਈਟੀ ਚ ਹਾਂ ਚੱਲ ਉਹ ਛੱਡ ਪਰਾਂ ਹੋ ਗਈਆਂ ਹਵਾ ਗਈਆਂ ਚਾਹ ਦਾ ਘੁੱਟ ਪਿਆ ਮੈਨੂੰ ਮੈਂ ਜਾਵਾਂ ਪਰਾਂ ਪਰਾਂ ਲੈ ਆਇਆ ਫਿਰ ਮੈਂ ਡਿਊਟੀ ਫੜੂੰ ਚੰਗਾ ਆਓ ਬਲੱਡ ਨੰਪਦਾ ਕਰ ਤੂੰ ਬੇ ਮੇਰਾ ਬਲੱਡ ਦਾ ਕੰਜਰ ਉਹ ਵਧਾਉਂਦਾ ਏ ਹਾਂ ਹਰੀ ਲਾਲ ਗੋਲੀ ਦੇ ਮੈਂ ਕੋਈ ਨਹੀਂ ਕੋਈ ਨਹੀਂ ਮੈਂ ਲੈ ਲੂੰਗੀ ਚੱਲ ਤੈਨੂੰ ਤੇਨਾਂ ਹਰੀ ਲਾਲ ਗੋਲੀ ਓ ਭਾਈ ਮੇਰੀ ਗੱਲ ਤਾਂ ਸੁਣਦਾ ਤੂੰ ਮੈਂ ਮੈਂ ਨੌਕਰੀ ਕਰਕੇ ਕੀ ਕਰਨਾ ਮੇਰੇ ਲਈ ਤਾਂ 100 150 ਕਿੱਲਾ ਦਾ ਜ਼ਮੀਨ ਤਾਂ 10 ਮੋਟਰਾਂ ਨੇ ਆਪਣੇ ਦੋ ਮੋਟਰਾਂ ਇੱਥੇ ਕੀ ਨਵੀਆਂ ਪਾਈ ਨੇ ਲੂਬੀ ਦੀਆਂ ਗੋਪੀ ਰਾਮ ਦਾ ਲਾਇਆ ਸਟਾਰਟਰ ਕੀ ਦਾ ਕੀ ਦਾ ਓਏ ਨਹੀਂ ਫਿਰ ਤੂੰ ਆਹ ਗੱਲ ਕੀ ਕਰਦੀ ਆ ਤੈਨੂੰ ਮੰਨ ਕੇ ਮੇਰਾ ਇਹ ਨੰਬਰ ਦਿੱਤਾ ਕੀ ਨੇ ਆ ਵੀ ਹਾਂ ਵੀ ਨੌਕਰੀ ਵਾਸਤੇ ਬੰਦਾ ਮਿਲੂ ਉਥੋਂ ਮੈਨੂੰ ਨੌਕਰੀ ਦੀ ਕੀ ਲੋੜ ਆ ਫੇਰ ਉਹੀ ਗੱਲ ਹੈ ਸਰ ਆਹ ਮੁੰਡਾ ਆ ਗਿਆ ਲੈ ਇਧਰ ਆ ਗੱਲ ਕਰੇ ਪੜਿਆ ਲਿਖਿਆ ਮੁੰਡਾ ਤੂੰ ਹਿੰਦੀ 'ਚ ਇਦਾਂ ਗੱਲ ਕਰੇ ਨੂੰ ਆਉਂਦੀ ਆ ਪਾਈ ਹਿੰਦੀ ਹਾਂ ਇਹਦੇ ਲਈ ਵੀ 2.50 ਕਿਲਾ ਜ਼ਮੀਨ ਦਾ ਹੈਗਾ ਹੋਰ ਹਾਂ ਦਾ ਹਾਂ 2.50 ਕਿਲਾ ਲੈ ਕਰ ਮੁੰਡਰਾ ਗੱਲ ਕਰ ਪਾਈ ਤੂੰ ਤਾਂ ਕੀ ਕਹਿੰਦੀ ਆ ਕਹਿੰਦੀ ਨੌਕਰੀ ਨਿਕਲ ਗਈ ਤੇ ਹੈਲੋ ਹੈਲੋ ਗੁੱਡ ਮਾਰਨਿੰਗ ਹਾਂ ਤੁਸੀਂ ਵੇਚਦੇ ਆਂ ਇਹ ਕਿ ਜ਼ਮੀਨ ਅੱਛਾ ਮੈਂ ਤਾਂ ਆਈ ਸਮਾਂ ਹੀ ਤੇ ਲੈਣਾ 10-15 ਕਿਲੇ ਜੇ ਹੈਗੀ ਆ ਦੱਸ ਦੇ ਹੁਣ ਇਹਨੇ ਦੱਸ ਹੀ ਤਾਂ ਦਿੱਤਾ ਹਾਂ ਦੋ ਟੋ ਢਾਈ ਸੇ ਕੁਝ ਤਾਂ ਹੈਗਾ ਮੇਰੇ ਕੋਲੇ ਅੱਛਾ ਕੰਪਨੀ ਜੋ ਬੋਲਦੀ ਆ ਅੱਛਾ ਹਾਂ ਤੈਨੂੰ ਕਿਵੇਂ ਲਾ ਲਿਆ ਫੋਨ ਇਹਨੇ ਹੈ ਅੱਛਾ ਸਾ ਪਾਰਟ ਟਾਈਮ ਹਾਂ ਅੱਛਾ ਫਿਰ 855 ਟਾਇਰ ਟਰੈਕ ਸਾਡੇ ਉਹ ਚੁੱਪ ਕਰ ਹਾਂ ਹਾਂ ਠੀਕ ਹੈ ਠੀਕ ਹੈ ਆਹੋ ਠੀਕ ਹੈ ਮੇਰੀ ਗੱਲ ਸੁਣ ਫਿਰ ਤੂੰ ਬੌਲੀ ਕਿਉਂ ਹੋਈ ਆ ਹੁਣ ਮੇਰੇ ਕੋਲ ਲਾ ਲੈਨੇ ਤੈਨੂੰ ਦੱਸਦਾ 250 ਕਿਲ ਲੈ ਦੋ 250 ਕਿਲ ਹੁਣ ਮੈਂ ਇਹ ਜਿਹਾ ਕੰਮ ਥੋੜੇ ਕੋ ਨੂੰ ਤਨ ਖਾਂ 15 ਅੱਛਾ ਛੁੱਟੀ ਦੋ ਦਿਨ ਦੋ ਦਾ ਗੱਲ ਤਾਂ ਫਿਰ ਮੈਂ ਤਾਂ ਹੋਰ ਕਹਦਾ ਨਾ ਅੰਗਰੇਜ਼ਾਂ ਵਾਲਾ ਕੰਮ ਆ ਮੇਰੇ ਤਾਂ ਫਿਰ 5 ਦਿਨ ਕੰਮ ਕਰਕੇ ਜਿੰਨਾ ਚਿਰ 5 ਦਿਨਾਂ ਦੇ ਪੈਸੇ ਮੁੱਕਦੇ ਨਹੀਂ ਹਨ ਮੈਂ ਤਾਂ ਕੰਮ ਤੇ ਜਾਂਦਾ ਨਹੀਂ ਅਸੀਂ ਤਾਂ ਆਪਣੋਕਰ ਰੱਖੇ ਹੋਏ ਨੇ ਕਾ ਹੋਰ ਹੋਰ ਸਾਡੇ ਤਾਂ ਹੁਣ 30 ਤਾਂ ਭਈਏ ਨੇ ਹਨਾ ਹਾਂ ਹਾਂ 30 ਭਈਏ ਨੇ 8 ਕਿ ਪਿੰਟ ਵਾਲੇ ਲਾਏ ਹੋਏ ਨੇ ਬੰਦੇ ਹਾਂ ਹਾਂ ਦੋ ਦਿਨਾਂ ਨਾਲ ਇਹਦਾ ਰੌਲਾ ਚੱਲਦਾ ਪੈਸੇ ਮੁਕਰਗਾ ਤੀ ਇਹ ਆਪਾਂ ਕਿਉਂ ਝੂਠ ਬੋਲੀਏ ਭਾਈ ਹਾਂ ਹਾਂ ਆਹੋ ਨਾ ਨਾ ਇਹਦਾ ਗਲਤ ਲਾ ਲਿਆ ਤਾਂ ਫੋਨ ਇਹ ਤਾਂ ਹੋਰ ਹੋ ਸਕਦਾ ਸੰਦੀਪ ਨੇ ਦਿੱਤਾ ਹੁ ਰਜੂਮਨ ਜਾਮ ਭਈ ਤੈਨੂੰ ਉਹਨੇ ਲੰਬਰ ਕਿਤੇ ਇਹਦਾ ਲਿਖਿਆ ਤਾਂ ਇਹ ਤਾਂ ਬੰਦਾ ਹੈ ਨਹੀਂ ਕੰਮ ਦਾ ਇਹ ਬਈ ਕਹ ਰੀਆ ਬੰਦਾ ਦੇਖ ਕੇ ਫੋਨ ਲਾਈਦਾ ਹੁੰਦਾ ਬੰਦਾ ਕ ਬੰਦਾ ਮੈਂ ਤੈਨੂੰ ਦੱਥਾਂ ਕਰਦਾ ਹਾਂ ਠੀਕ ਆ ਹਾਂ ਚੰਗਾ ਓਕੇ ਓਕੇ ਥੈਂਕ ਯੂ ਥੈਂਕ ਹਾਂ ਹਾਂ ਠੀਕ ਆ ਓਕੇ ਗੁੱਡ ਮਾਰਨਿੰਗ ਠੀਕ ਆ ਓਕੇ ਨਾ ਧੱਕਾ ਇਹ ਲੱਕ ਕਿਧਰੋਂ ਲਾ ਲਾ ਦੀ ਫੋਨ ਪੈਨੂੰ ਨਾ ਆਇਆ ਸੀ ਇਹ ਤਾਂ ਮੈਨੂੰ ਕਹਿੰਦੀ ਸਾਈਡ ਤੇ ਹੋ ਕੇ ਗੱਲ ਕਰ ਮੈਂ ਤਾਂ ਤਾਂਸ ਖੇਡੀਆਂ ਦਸੀ ਉੱਥੇ ਅਸਲਾ ਫੇਰ ਤਾਂਸ ਸੜਾ ਤਾਲਾ ਦੇ ਸਾਈਡ ਤੇ ਹੋ ਕੇ ਗੱਲ ਕਰ ਕੋਈ ਪੈਸਿਆਂ ਦੀ ਗੱਲ ਆ ਅੱਛਾ ਮੈਂ ਚੱਲ ਕੋਈ ਨਾ ਮੈਂ ਇੱਧਰ ਆ ਗਿਆ ਫਾਈਚ ਕਾਂਪਣੀ ਜੋ ਬੋਲਦੀ ਸੀ ਕੋਈ ਐਨੀ ਪਾਰਟ ਟਾਈਮ ਜੋਬ ਕਰਨਾ ਚਾਹਤੇ ਹੋ ਮਹਾ ਤੈ ਹੁਣ ਫੜ ਬੱਟੀ ਮਾਰਤੀ ਐ ਡਾਡੇ ਗੱਪ ਕਿਉਂ ਮਾਰਦਾ ਹੁਣ ਮੇਰਾ ਥੋੜਾ 2.500 ਕੀ ਜੱਕੇ ਥੋੜਾ ਹੁੰਦਾ ਐ ਐਡੀ ਕੀ ਟਾਟੇ ਪੈਦਨਰ ਪਿੱਠ ਲੱਗਦੀ ਐ 2.500 ਕੀ ਜੱਕੇ ਕਹਤਾ ਅਗਲੀ ਨੂੰ ਕਹਿੰਦੇ ਤੂੰ ਨੌਕਰੀ ਕਰ ਮਹਾ ਮੈਨੂੰ ਕੀ ਲੋੜ ਆ ਨੌਕਰੀ ਕਰਨ ਦੀ ਉਤੀਗੀ ਹਿੰਦੀ ਬੋਲਦੀ ਸੀ ਕੋਈ ਐ ਨਹੀਂ ਪਤਾ ਕਿੱਥੋਂ ਦੀ ਸੀ ਕਿੱਥੋਂ ਦੀ ਨਾਂ ਉਹ ਠਾਕ ਰਦੀਆਂ ਨੇ ਤੇਰੇ ਮੇਰੇ ਪਰਕਿਆਂ ਨੂੰ ਇਹ ਵੀ ਤੁਹਾਨੂੰ ਕੰਮ ਤੇ ਲਵਾਉਣਾ ਹੈ 500 ਰੁਪਏ ਸਾਨੂੰ UPI Google Free ਕਰ ਦੋ ਡਰ ਗਈ ਡਰ ਗਈ ਉਹ ਤਾਂ ਮੈਂ ਕਿਹਾ ਮਾਂ ਤੂੰ ਆਹ ਗੱਲ ਕੀ ਕਰਦੀ ਆ ਇੱਥੇ ਕਿਵੇਂ ਬੈਠਾ ਤੂੰ ਇਧਰ ਟੱਪਦੀਆਂ ਟੀਨਾ ਥੱਲੇ ਪਹਿਲਾਂ ਤਾਂ ਇਹ ਕਰੀ ਸਾਈਡ ਤੇ ਹੋ ਕੇ ਗੱਲ ਕਰ ਮਾਂ ਮੈਂ ਥਾਈ ਚ ਜਾਣਾ ਹਾਂ ਕੱਲ ਪਰਸੋਂ ਇੱਥੇ ਮੈਂ ਪੌਗਾ ਕਰ ਰੱਖ ਗਿਆ ਸੀ ਜਿੱਤੇ ਬਾਲੇ ਸਰਾਪ ਵੀ ਨਹੀਂ ਹੋਗੇ ਸੀ ਆਪਾਂ ਐਡਾ ਸਬਰ ਤਾਂ ਹੈ ਨਹੀਂ ਰੱਖਣ ਵਾਲਾ ਨਹੀਂ ਹੈਗਾ ਤੇ ਤੂੰ ਤਾਂ ਬੋਤਲ ਕੀ ਨਾ ਖਾ ਜੇ ਰਾਬੜ ਵਾਲੀ ਹੁਣ ਮੇਰਾ ਸਾਰਾ ਪਤਾ ਨਹੀਂ ਰਾਬੜ ਦੀ ਹੁੰਦੀ ਠੱਠਾ ਹਿੱਲ ਗਿਆ ਹਾਂ ਪਤਾ ਨਹੀਂ ਭਾਈ ਕੋਈ दारू ਚੱਕ ਕੇ ਲੈ ਗਿਆ ਰੱਖੀ ਮੈਂ ਹੈ ਸੀ दारू ਤੂੰ ਤੂੰ ਤਾਂ ਪਿੰਡੇ ਦੀ ਜੂਨ ਆਂਦਾ ਮੈਂ ਕਿਸੇ ਨੂੰ दारू ਭਾਲਦਾ ਤੂੰ ਜਿੱਦਾਂ ਤਾਂ ਅਸਲ ਵਿੱਚ ਟਾਈਟ ਹੁੰਦਾ ਉਹਦੇ ਤਾਂ ਟਿਪ ਨਹੀਂ ਵੱਜਦੀ ਬਿਲਕੁਲ ਫਿਰ ਘਾਟੇ ਬਾਦੇ ਹੁੰਦਾ ਚੱਲਦੀ ਰਹਿੰਦੇ ਨੇ ਇਥੇ ਕਹੇ ਜੇ ਛੀਖ ਚ ਬੈਠਾ ਲੈ ਕਿਧਰੋਂ ਫੋਨ ਲਾ ਲਿਆ ਕਿਤੇ ਨੇੜੇ ਦੀ ਤੇੜੇ ਨਹੀਂ ਚੱਲ ਚੱਲ ਜੀ ਅਕਰ ਫੀਟ ਕਰ ਦੇ ਨੰਬਰ ਇਹ ਉਹਦਾ ਨਹੀਂ ਫੀਡ ਨੂੰ ਹੁਣ ਤਾਂ ਲੱਗਣਾ ਕੰਪਨੀ ਦਾ ਓਏ ਆਏ ਨਹੀਂ ਕਈ ਵਾਰ ਬੰਦਾ ਕੰਮ ਆ ਜਾਂਦਾ ਹੁੰਦਾ ਨਹੀਂ ਨਹੀਂ ਇਹ ਕੰਮ ਵਾਲੇ ਨਹੀਂ ਹੈਗੇ ਇਹ ਤਾਂ ਚੰਮ ਲੈਣ ਵਾਲੇ ਨੇ ਚੜਾ ਜਾ ਫਿਰ ਹਾਂ ਜੇ ਹੈਗਾ 10-15000 ਪਹਿਲਾਂ ਫੜਾ ਦੇ ਇਹਨੂੰ ਫਿਰ ਮੈਂ ਫ ਉਹ ਤਾਂ ਆਪਾਂ ਨੂੰ ਕਹਿੰਦੀ ਆ ਵੀ ਤੁਸੀਂ ਆ ਹੋਰ ਏ ਹੋਰ ਹੁਣ ਉਹ ਤਾਂ ਊ ਮਾਰ ਦਿਆ ਮਿੱਠੀਆਂ ਤੇਰੇ ਨਾਲ ਯਾਰ ਪੰਜ ਛੇ ਲੈਣਗੇ ਦਿੱਥੋਂ ਉਹ ਐਂ ਤਾਂ ਤੇਰੇ ਵਰਗਿਆਂ ਨੂੰ ਬੋਤ ਲਟਾ ਹੋ ਜਾਣਾ ਥਣ ਨੂੰ ਉਹ ਛਾਰ ਬੰਤਾ ਹੈ ਊ ਮੈਂ ਮਰ ਜਾ ਉਹ ਬੈਠਾ ਹੈ ਆਈ ਨਹੀਂ ਪਤਾ ਇਹਦਾ ਕੀ ਕੁਝ ਬੋਲੂਗਾ ਮੈਨੂੰ ਹੁਣ ਤਾਂ ਬੰਮਾਰੀ ਦੇਖ ਲੈ ਕਰੀ ਪੋਰਾ ਨਹੀਂ ਵੜਦਾ ਹੈਗਾ ਪਤਾ ਨਹੀਂ ਕਿੱਧਰ ਤਾਂ ਜਾਂਦਾ ਕਿੱਧਰ ਨਾ ਹੁਣ ਪੋਰਾ ਨਹੀਂ ਕਰੋ ਨਿਕਲਿਆ ਹੈਗਾ ਪਤਾ ਤਾਂ ਇਹਨੂੰ ਵੀ ਅੱਜ ਆਊਗੀ ਤਾਂ ਹੀ ਬੈਠਾ ਹੋਣਾ ਚਲ ਬੋਲੂਗਾ ਜਿਹੜਾ ਕੁਝ ਬੋਲੀ ਜਾਣ ਤੇ ਇਹਦਾ ਕਿਹੜਾ ਮੈਨੂੰ ਡਰ ਮਾਰਿਆ ਮਾਰਿਆ ਇਹ ਤਾਂ ਬੋਲਤੀ ਹੋ ਰਹਿੰਦਾ ਖਰਾ ਦਿਨ ਖਨੇਜਾਂ ਦੀਆ ਪੱਤੇ ਦੇਖ ਜੀ ਲੈ ਪ੍ਰਧਾਨ ਸਾਹਿਬ ਸਫਾਈ ਲਾਗੇ ਕਰਨਾ ਹੈ ਕੱਥੋਂ ਆਈਆਂ ਟਾਇਲ ਦੀ ਤੂੰ ਕਿਉਂ ਤੈਨੂੰ ਪਤਾ ਨਹੀਂ ਕਿ ਗੱਲ ਕਰਛਾਂ ਮੜਿਆ ਲੈ ਸਮਾਰ ਕੇ ਦੇਖ ਲੈ ਲੈ ਮੈਂ ਬਣੀ ਫਿਰਦੀਆਂ ਕੱਥੋਂ ਆਈਆਂ ਬੰਦਾ ਮੰਗੂ ਦੱਚ ਦੇ ਕਿਉਂ ਕੀ ਗੱਲ ਮੈਂ ਮੇਂ ਬਣ ਨਹੀਂ ਸਕਦੀ ਹੈਗੀ ਉਹੀ ਮੱਚਾ ਰਹਿਣਾ ਸਾਰਾ ਦਿਨ ਨਾ ਤੂੰ ਇਹ じゃ ਕੀ ਖਾ ਲੈ ਜਿਹੜਾ ਹੋਰੇ ਲੱਗ ਰਿਹਾ ਪੰਗੇ ਲੈਣਾ ਮੈਨੂੰ ਤਾਂ ਹੁਣ ਘਰ ਦੇ ਕੰਮ ਕਰਨੀ ਪੈਣਗੇ ਘਰ ਤਾਂ ਦੜ ਗਿਆ ਉੱਜੜ ਗਈ ਮਾਂ ਮਰ ਗਈ ਹੋਮੇਗੀ ਕਿਸੇ ਪਛੇ ਆਹਾ ਆਹ ਇਹ ਸੁਪਨੇ ਲੈਣੇ ਛੱਡ ਦੇ ਆਈ ਨਹੀਂ ਮੈਂ ਮਰਦੀ ਹੈਗੀ ਜੇ ਮਰੀ ਤੈਨੂੰ ਨਾਲ ਲੈ ਕੇ ਮਰੂੰ ਮੇਰੇ ਹੱਥੋਂ ਲਿਖੀਆ ਮੌਤ ਤੇ ਤੇਰੀ ਹਾਂ ਦੱਚ ਕਿੱਥੋਂ ਆਈਆਂ ਵੇ ਕਿੱਥੋਂ ਆਈਆਂ ਬੰਦਿਆ ਮੰਗੂ ਦੱਚ ਦੇ ਪਹਿਲਾਂ ਕਾਕੇ ਦੀ ਕਲਾਸ ਲੱਗ ਕੇ ਹਟੀਆਂ ਹੁਣ ਤੇਰੀ ਲੱਗੂ ਤੂੰ ਕਲਾਸੇ ਲਾ ਲੈ ਕਿਉਂ ਵੱਡਾ ਮਾਸਟਰ ਲੱਗਿਆ ਹੋਇਆ ਨਾ ਕਲਾਸਾਂ ਲਾਉਣ ਨੂੰ ਦੱਚ ਮੇ ਮਤਾ ਹੀ ਕਹਿੰਦੀ ਸੀ ਤੈਨੂੰ ਮਾਨੂੰ ਨੇ ਬਾਹਰੇ ਨਹੀਂ ਜਾਣਾ ਹਾਂ ਛੋਪੰਗ ਜੀ ਕਰਨ ਗਏ ਤੇ ਅਸੀਂ ਅੱਛਾ ਹਾਂ ਥੋੜੀ ਥੋੜੀ ਕਿਉਂ ਇੱਕ ਹੀ ਚੋਰੀਏਗੀ ਹਾਂ ਮੈਨੂੰ ਨਹੀਂ ਦੱਸਿਆ ਕਿ ਕਿਹੜੀ ਕੁੜੀ ਬਾਹਰੇ ਜਾਂਦੀ ਹੈ ਤੈਨੂੰ ਪਤਾ ਨਹੀਂ ਹੈਗਾ ਮੈਨੂੰ ਕੌਣ ਦੱਸਦਾ ਹੈ ਮਨਤਾ ਜੀ ਦੇ ਮਹਲਕ ਤੇ ਤੈਨੂੰ ਪਤਾ ਹੋਣਾ ਅੱਛਾ ਬਾਗੀ ਹੁਣ ਜਾਊਗੀ ਹਲੇ ਅੱਜ ਤਾਂ ਛੋਪੰਗ ਜੀ ਕੁਸ ਤੱਜ ਕਰ ਲਈ ਤੇ ਅਸੀਂ ਨੇ ਕੁਸ ਗੱਲ ਕਰਕੇ ਆਈਆਂ ਤੀਆਂ ਤੇ ਨਾਲ ਉਹ ਜਾਊਗੀ ਪਾਲੋ ਦੀ ਮੰਮੀ ਦੋਨੇ ਮਾਸੀ ਭਾਣ ਜੀ ਜਾਣਗੀਆਂ ਅੱਛਾ ਹਾਂ ਉਹਦਾ ਨਾਲ ਕਿਨੇ ਕਰਾਇਤਾ ਪੱਲੋ ਜ ਮਮੀ ਦਾ ਉਹਨੇ ਕਰਾਇਆ ਇੰਗਲੈਂਡ ਵਾਲੀ ਮਾਸੀ ਨੇ ਲੈ ਫਿਰ ਚਲ ਵਧੀਆ ਸ਼ੁਕਰ ਹੈ ਸਕੇ ਜੀ ਟਟੂ ਹੁਣ ਤਾਂ ਮੇਰੀ ਕਿਹਦੇ ਨਾਲੋਂ ਦੇਖ ਮੈਂ ਤਾਂ ਕਹਿੰਦਾ ਕੁੜੀ 2 ਸਾਲ ਸਾਲਾਂ ਚ ਹੋ ਜਾ ਪੱਕੀ ਹਾਂ ਸਮਾਨ ਮੈਂ ਤੇ ਕਾਕਾ ਪੀ ਚੱਕਲੇ ਮਗੈਥੋਂ ਕਿੱਥੋਂ ਕੈਲੀ ਕਾ ਪਿੰਡੋ ਕੈਲੀ ਕਿਉਂ ਤੇਰੇ ਤੇਰੇ ਕੈਲੀ ਕਉ ਕੀ ਗੱਲ ਆਈ ਰਿਸ਼ਤੇਦਾਰੀਆਂ ਟੁੱਟ ਜਾਂਦੀਆਂ ਹੁੰਦੀਆਂ ਨੇ ਹੋਰ ਉੱਥੇ ਕੀ ਹੈ ਜਦੋਂ ਕੁੜੀ ਉਹ ਬਾਗੀ ਆਪਣੀ ਆਪਣਾ ਕੀ ਰਹੀ ਗੱਲ ਨੇ ਕੁੜੀ ਕਿਹੜਾ ਉੱਥੇ ਜਾ ਕੇ ਸਦਾ ਹੀ ਰਹੂਗੀ ਉਹ ਤਾਂ 5-4 ਮਹੀਨੇ ਲਾ ਕੇ ਆਉਗੀ ਚਲ ਉਹਦੇ ਮਨ ਚ ਚਾਹ ਹੈ ਮੈਂ ਕਿਹਾ ਚਲ 5-4 ਮਹੀਨੇ ਤੂੰ ਲਾਇਆ ਆਪਦਾ ਛੇਤੀ ਮੁੜਿਆਈ ਕੋਈ ਨਾ ਤਾਂ ਮੈਂ ਆਪੀ ਪੱਕੀ ਕਰਾ ਦੂੰ ਫੋਨ ਤੇ ਹੈਗੇ ਬੰਦੇ ਮੇਰੇ ਉੱਥੇ ਤੂੰ ਤਾਂ ਕਿਤੇ ਗਾਹਾਂ ਨਾਲ ਪੱਕੀ ਕਰਾ ਦੇ ਤਾਂ ਤੂੰ ਇੱਥੇ ਦਾ ਆਧਾਰ ਕਾਰਡ ਚੱਜਣਾ ਬਣਵਾਇਆ ਨਹੀਂ ਜਾਂਦਾ ਹੈਗਾ ਉੱਥੇ ਕਰਾ ਦੇਂਗਾ ਤੂੰ ਪੱਕੀ ਨਾਲੇ ਰਿਸ਼ਤੇਦਾਰੀ ਆਈ ਨਹੀਂ ਟੁੱਟਦੀ ਹੁੰਦੀ ਇੱਕ ਗੱਲ ਸੱਚ ਹੋਰ ਦੱਸਾਂ ਤੈਨੂੰ ਮਾਣੋ ਐਂ ਕਹਿੰਦੀ ਸੀ ਕਹਿੰਦੀ ਮੰਮੀ ਜਦੋਂ ਮੈਂ ਬਾਗੀ ਵੀ ਇੱਕ ਇੱਕ ਜੀ ਕਹਿੰਦੀ ਇੱਕ ਤਾਂ ਆਪਣੇ ਘਰ ਦਾ ਜੀ ਆਜੂਗਾ ਇੱਕ ਇਧਰੋਂ ਕਹਿੰਦੀ ਵੀ ਮੇਰੇ ਪਾਪੇ ਕਹਿੰਦੀ ਇਧਰੋਂ ਮੇਰਾ ਕਰਨੈਲ ਪਾਪਾ ਆਜੂਗਾ ਕਹਿੰਦੀ ਉਧਰੋਂ ਤੂੰ ਆ ਜੀ ਤੁਸੀਂ ਦੋਨੇ ਆਜੂ ਕਹਿੰਦੀ ਦੋ ਤਿੰਨ ਮਹੀਨਾ ਬਾਅਦ ਚਿਪਟਾ ਨਹੀਂ ਚੜਦੇ ਤੁਹਾਨੂੰ ਉਹ ਗੱਡੀ ਚੜਾਉਂ ਮੈਂ ਦੋਨਾਂ ਨੂੰ ਆਈ ਮੱਛੀ ਨਹੀਂ ਕਰਦੇ ਬੇ ਬਾਹਰਲੀ ਕੰਟਰੀ ਤਾਂ ਮਸਾਂ ਬੀਜਾ ਮਿਲਦਾ ਹੁੰਦਾ ਰੜਕਾ ਮਰੂੰ ਬੁਲਾਤੇ ਫੱਡੀਆਂ ਕਰਨੈਲ ਲੈਣ ਜਾਣ ਨੂੰ ਤੂੰ ਬੇ ਇੱਕ ਇੱਕ ਜੀ ਜਾਊਗਾ ਦੁਬਾਰ ਲੱਗਦਾ ਤੁਸੀਂ ਜਾਂਦੇ ਉੱਥੇ ਮੇਰੀ ਗੱਲ ਤਾਂ ਸੁਣ ਲੈ ਪੂਰੀ ਓਦੋਂ ਬਾਅਦ ਤੂੰ ਤੇ ਮਾਣਾ ਦੀ ਸੱਸ ਦੋਨੇ ਵਗ ਜਿਓ ਮੈਂ ਤੈਨੂੰ ਦੱਚਤੀ ਗੱਲ ਮੈਂ ਚਾੜੂ ਗੱਡੀ ਸੋਨ ਮੈਂ ਤਾਂ ਜਾਊਂਗੀ ਫਿਰ ਮੈਂ ਨਹੀਂ ਰਹਿੰਦੀ ਕਿ ਇੰਜ ਮੈਂ ਤੂੰ ਰੱਖ ਦੇਂਗਾ ਮੈਨੂੰ ਮੈਂ ਮੂੰ ਮਾਰ ਮਾਰ ਚਾੜੂ ਦੌਰਾ ਆਪਾਂ ਨੂੰ ਚਾਹ ਬਣਾ ਕੱਲ ਤੇ ਪੁਖੇ ਬੈਠੇ ਸੀ ਫੱਡੀਆਂ ਨਕਲੀ ਤੂੰ ਮੈਂ ਕਿ ਨਿਕਲੀ ਪਰ ਜਾਣੋ ਰਿਸ਼ਤੇਦਾਰੀ ਚ ਵੀ ਨਹੀਂ ਜਾਇਆ ਕਰਦੇ ਤੇਰੇ ਲਈ ਹੱਦ ਹੋਈ ਪਈ ਹੈਗੀ ਬੱਸ ਜਾਇਆ ਇਹਨੂੰ ਜਿਹੜੇ ਜਾਣਤੀ ਹੁਣ ਆਪਣਾ ਕੀ ਰਹਿ ਗਿਆ ਉੱਥੇ ਲੈ ਸਾਰਾ ਕੁਸਾ ਤੇ ਹੈਗਾ ਕਿਉਂ ਨਹੀਂ ਆ ਰਿਸ਼ਤੇਦਾਰੀਆਂ ਹੀ ਨਹੀਂ ਟੁੱਟਦੀਆਂ ਜਿਵੇਂ ਤੂੰ ਕਹਿਣਾਗਾ ਕਮਾਲ ਕਰਦੇ ਜਮੈਂ ਮੈਂ ਮੈਸਾਂ ਲੇਉ ਖੋਲ ਕੇ ਉਹਨਾਂ ਦੀਆ ਹੁਣ ਮੈਂ ਕਰੂੰ ਬੈਲੇ ਉਹਨਾਂ ਨੂੰ ਹੁਣ ਆਏ ਬੈ ਗਿਆ ਸਿਰ ਵੜ ਕੇ ਓਏ ਦਿਮਾਗ ਤਾਂ ਖਾ ਲਿਆ ਤਾਂ ਕੰਟਾ ਹੋ ਗਿਆ ਬੋਲਣੋਂ ਤਾਂ ਹਟਦਾ ਨਹੀਂ ਹੈ ਪਤਾ ਨਹੀਂ ਕੀ ਖਾਨਾ ਪਤਾ ਨਹੀਂ ਕੀ ਨਾ ਲੈ ਲਿਆ ਇਹ Rajasthan ਵਾਲੀ ਐ ਆਏ ਆ ਗਿਆ ਤੂੰ ਏ ਆ ਗਿਆ ਤੂੰ ਆ ਜਾ ਆ ਜਾ ਆ ਜਾ ਆ ਜਾ ਸਾਹਮਣੇ ਤੂੰ ਮੇਰਾ ਸਾਲ ਕਿ ਤੂੰ ਡੀਪੂ ਬਣਾ ਰੱਖਿਆ ਘਰ ਨੂੰ ਜਿੱਦ ਦੀ ਜੀ ਕਰਿਆ ਗੇੜਾ ਮਾਰ ਲਓ ਹੈ ਕੀ ਗੱਲ ਐ ਹਾਂ ਓਏ ਦੱਸ ਕੰਮ ਤੀ ਕੰਮ ਤੀ ਕੰਮ ਕਰ ਰੰਗਿਆ ਕੰਮ ਤਾਂ ਮੇਰਾ ਥੋੜੀ ਤਾਂ ਕਰਨ ਵਾਲਾ ਦਾ ਕਰਦਾ ਨਹੀਂ ਖਬਰਾ ਕੀ ਕਰਦਾ ਬਾਈ ਇੱਕ ਕਿਤਾਬ ਲਾਲਾ ਠੀਕ ਹੈ ਇਹਦੀ ਹਾਜ਼ਰੀ ਲਿਖਾ ਕਰੇ ਕਿੰਨੇ ਦਿਨ ਆਉਂਦਾ ਕਿਹਦੇ ਦਿਨ ਨਹੀਂ ਆਉਂਦਾ ਕਿਤਾਬ ਕਾਪੀ ਲਾਵਾਂ ਕਰ ਹਾਂ ਹੋਰੇ ਲਾਉ ਇਹ ਲਾਉ ਕਾਪੀ ਹੋਰ ਤੂੰ ਹਾਜ਼ਰੀ ਲਾਇਆ ਕਰ ਹੋ ਬਾਈ ਮੇਰੇ ਸਾਲ ਨੇ ਪਹਿਲਾਂ ਤਾਂ ਪੱਖੇ ਚਲ ਜਾ ਕੇ ਰੱਖੇ ਆ ਹੈ ਹੁਣ ਉਹ ਨਹੀਂ ਘਰੇ ਖੜਦਾ ਕੰਮ ਖੜਾ ਕਿਹੜਾ ਮੈਨੂੰ ਐਂ ਦੱਸ ਸਾਰੇ ਕੰਮ ਨਵੇਂੜੇ ਪਏ ਨੇ ਕੱਖ ਕੱਡੇ ਪਏ ਨੇ ਪ੍ਰਦਾਨ ਸਿੱਟੀ ਪਈ ਐ ਨੱਕੇ ਲਾਇਏ ਪਨੇ ਆਟੋਮੈਟਕ ਲਾਇਆ ਪਿਆ ਕਿਤਾਬ ਲਾਉਣ ਨੂੰ ਫਰਦਾ ਤਾਂ ਨਾਂ ਕਿਉਂ ਨਹੀਂ ਕੱਟਦਾ ਤੂੰ ਨਾਂ ਹੀ ਕੱਟਦੇ ਕਰਦਾ ਸੱਪੀ ਨਵੇਂੜਾ ਖੇਡਦੇ ਖੇਡਦੇ ਸਾਰੇ ਕੰਮ ਸੰਦੀਪਾ ਕਰਦਾ ਕਰਦੇ ਸਾਰੇ ਕੰਮ ਨਸੀਬ ਕਰਦਾ ਤੇਰਾ ਦੁਨੀਆ ਚੋਂ ਨਾਂ ਕਟਾਉਂ ਮੈਂ ਨਾਂ ਕਟਾਉਂ ਮੈਂ ਹਾਂ ਤੂੰ ਮੱਚਦਾ ਐ ਇਹ ਮੱਚਦਾ ਐ ਇਹ ਮੱਚਦਾ ਨੇ ਨਾ ਕਲੇਸ਼ ਕਰ 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 ਪਿਛਾੜੀ ਲਿਆਤਾ ਜਮਾ ਉਰੇ ਤਾਂ ਇੱਕ ਨਹੀਂ ਸੀ ਮਾਨ ਰਾਖੇ ਦੇਖ ਲੈ ਲਾ ਇੱਕਾ ਸੁਣਾ ਫੁੱਫੜਲਾ ਤਾਂ ਪਿੱਪਲ ਹੋਰੇ ਮੂੰ ਵੀ ਰਾਖੇ ਨੇ ਮੈਂ ਰੋਈ ਨਹੀਂ ਕੁਛ ਕਹਿੰਦਾ ਰਪੀਆਂ ਦੀ ਮਸ਼ੀਨਾ ਐ ਨੀ ਫੁੱਫੜਲਾ ਮਨ ਤੂੰ ਦਾ ਬਣਾਉ ਆਪਾਂ ਨੂੰ ਪਿੱਪਲ ਜਾਣੀ ਕੀ ਤਾਕਤਵਰ ਬੰਦਾ ਲੁੱਟੋ ਹਾਂ ਹਾਂ ਹੋ ਰਿਹਾ ਪਰ ਸੌ ਸੌ ਵੀ ਇਹਦੀ ਔਰਤ ਤੁਸੀਂ ਬਚੇ ਪਿਓ ਹੋਰੇ ਇਹ ਤਾਂ ਆਪੀ ਪਚਾਈ ਖੜਾ ਫੁੱਫੜ 4-5 ਲੱਖ ਲੈਣਾ ਤੂੰ ਉਹੀ ਗੱਲ ਕਰਦਾ ਵੀ ਜਾਨ ਵਾਲਾ ਬੰਦਾ ਸਾਣ ਜੱਟ ਵਧੀਆ ਬੰਦਾਂ ਮੈਂ ਹਾਂ ਪੂਰਾ ਪੂਰਾ ਗਿਣਤੀ ਚ ਆਉਂਦਾ ਮੈਂ ਵਧੀਆ ਬੰਦਿਆਂ ਦੀ ਚ ਮੈਂ ਉਹੀ ਤਾਂ ਗੱਲ ਕਹਿਣਾ ਇਹਨਾਂ ਨੂੰ ਵੇ ਸੋਨੂ ਸਾ ਕਰੀ ਪਿਆ ਭਾਈ ਸਿਆਣਾ ਬੰਦਾ ਇਡਾ ਨਿਆਣੇ ਨੇ ਹਾਂ ਤੀਜੀ ਲਿਆਉਣ ਨੂੰ ਫਿਰਦਾ ਗਿੰਤੀ ਚਾਉਂਦਾ ਪਤਾ ਨਹੀਂ ਕਾਹ ਤੋਂ ਰੋੜਾ 파 ਰੱਖਿਆ ਪਿੰਡ ਇਕੱਠਾ ਕਰਨ ਵਾਲਾ ਕਰ ਰੱਖਿਆਗਾ ਇੰਨਾ ਉੱਚੀ ਬੋਲਦੇ ਹੁੰਦੇ ਨੇ ਕੀ ਗੱਲ ਪਾਣੀ ਝੜਾ ਹੋਇਆ ਤੇਰੇ ਉੱਚੀ ਬੋਲਣ ਨੂੰ ਪਾਣੀ ਝੜਾ ਹੋ ਜਾ ਫਿਰ ਸਿਆਪਾ ਮੁੱਕ ਜੇ ਮੈਂ ਬੋਲਾਂ ਨਾ ਔਰ ਇਹ ਮੇਰਾ ਸਾਲਾ ਰੋਗ ਲਾਉ ਆਹ ਦੇਖ ਲੈ ਕਿੱਥੋਂ ਬੋਲਦਾ ਬੋਲਦਾ ਦੇਖ ਲੈ ਹਾਜ਼ਰੀਆਂ ਲਾਉ ਇਹ ਹਾਂ ਮੈਂ ਗਲਤ ਤਾਂ ਗੱਲ ਕਰੀ ਮੇਰੀ ਗੱਲ ਸੁਣ ਲੈ ਮੇਰੇ ਲੈ ਤਾਂ ਰੋਜ਼ ਪੰਜ ਸੱਤ ਬੰਦੇ ਆਉਂਦੇ ਜਾਂਦੇ ਰਹਿੰਦੇ ਨੇ ਤੂੰ ਕੀ ਕਰਨ ਆਈਆਂ ਓਰੇ ਹੁਣਾ ਨਹੀਂ ਮੈਂ ਕੰਬਲ ਅਗਰ ਨਾ ਪਕਾਈ ਕੁਟਣਾ ਮੈਂ ਨਾ ਸੋਣਾ ਵਿੱਚ ਕੀ ਕਹਿੰਨੇ ਹੋਰ ਜੇ ਅਗਰ ਚਾਹ ਤੂੰ ਕਰ ਤੂੰ ਨਹੀਂ ਸਕੇਂ ਜੀ ਮਿਸਕੁੰਜਮੀ ਕਰਦਾ ਮਾਣ ਨੂੰ ਕਹੇਦੇ ਨਾਲੇ ਹਾਂ ਆਹੋ ਕਹ ਜੂਗੀ ਮਾਣ ਨੂੰ ਮਾਣੋ ਇੱਥੇ ਬੈਠੀ ਐ ਕਿਉਂ ਹਾਂ ਹੋਰ ਕਿੱਥੇ ਐ ਮਾਣੋ ਵਾਲਾ ਪੀਰੀਲ ਜੂਸ ਤੂੰ ਰੀਲ ਤੂੰ ਬਾਗੀ ਕਹਿੰਦੇ ਕਿੱਥੇ ਭਾਗੀ ਉਹਨੂੰ ਦੱਸ ਦੇਣ ਦੇ ਕਿੱਥੇ ਭਾਗਣ ਦੇ ਕਿੱਥੇ ਕਿੱਥੇ ਭਾਗ ਕਿੱਥੇ ਲੱਗੀ ਭਾਗੀ ਮੇਰੀ ਜਾਨ ਪਰਾਂ ਕਰੂਗਾ ਹੋਰ ਸਰਪਾਂ ਛੇੜ ਗਈ ਮੇਰੀ ਜਾਨ ਨੂੰ ਤੈਨੂੰ ਕੀ ਪਤਾ ਐ ਕਿੱਥੇ ਜਾਵਾਂ ਮੈਂ ਕਹਿੰਨੀ ਮੈਂ ਤਾਂ ਬਾਹਰਲੇ ਮੁਲਕ ਚ ਜਾਣਾ ਮੈਨੂੰ 1.5 ਲੱਖ ਰੁਪਏ ਚਾਹੀਦਾ ਤੈਨੂੰ ਕੀ ਕੀ ਸਾਰੀਆਂ ਗੱਲਾਂ ਦੱਸਾਂ ਮੈਂ ਮੈਂ ਕਿਹਾ ਭਾਈ ਸਾਡੇ ਕੋਲ ਤਾਂ ਹੈ ਨਹੀਂ ਸਾਡੇ ਤਾਂ ਹੱਥ ਖੜੇ ਨੇ ਸਾਡੇ ਕੋਲ ਕੋਈ ਪੈਸਾ ਨਹੀਂ ਤੇਰੇ ਬਾਪ ਦਾ ਪੰਜੀ ਦਿੰਦਾ ਨਹੀਂ ਕਰੇ ਨਾ ਮੈਨੂੰ ਪੈਸਿਆਂ ਦਾ ਪਤਾ ਕਹੀਂ ਮੈਂ ਤਾਂ ਫੇ ਮੇਰੀ ਮਾਸੀ ਕੋਲੇ ਵਗ ਜਾਨੀਆ ਓਏ ਬਾਪ ਨੂੰ ਕੋਈ ਦੱਸੇ ਤਾਂ ਸਹੀ ਕੁਛ ਮੈਂ ਤਾਂ ਕਰਦਾ 50 ਲੱਖ ਇਕੱਠਾ ਥਣ ਨੂੰ ਦੇਖ ਲੈ ਹਾਂ ਐਂ ਪੱਟਦਾ ਕਰ ਅੱਲਾ ਸ਼ੇਰੀਆਂ ਦੇ ਦੇ ਕੇ ਕਿਹਦੇ ਨਾਲ ਗਈ ਹੈ ਹੁਣ ਕੌਣ ਲੈ ਕੇ ਗਿਆ ਕੌਣ ਲੈ ਕੇ ਗਿਆ ਬੰਦਾ ਕਹਿੰਦੀ ਮੈਂ ਕੱਲੀ ਜਾਊ ਮੇਰੀ ਇੰਗਲੈਂਡ ਵਾਲੀ ਮਾਸੀ ਕੋਲੇ ਹੁਣ ਉਹ ਆਪਦੀ ਦੂਜੀ ਮਾਸੀ ਕੋਲੇ ਗਈ ਹੈ ਪਾਲੋ ਦੀ ਮਾਂ ਕੋਲੇ ਅੱਛਾ ਉਧਰ ਭੱਗਿਆ ਆਪਣੇ ਤਾਂ ਆਪਾ ਚੱਲ ਗਏ ਉੱਥੇ ਤੁਸੀਂ ਜਾ ਨਹੀਂ ਇਹ ਫਿਰ ਗੱਲ ਆਇਆ ਦੇਖੋ ਕਰਦੇ ਮੁਖੀ ਨੂੰ ਤਾਂ ਇਹ ਗੱਲਾਂ ਪਤਾ ਨਹੀਂ ਹੈਗੀਆਂ ਹੈ ਕੌਣ ਛੱਡ ਕੇ ਆਏਗਾ ਸੰਦੀਪ ਛੱਡ ਕੇ ਆਏਗਾ ਕੋਈ ਸੰਦੀਪ ਨਹੀਂ ਛੱਡ ਕੇ ਆਇਆ ਆਪੇ ਗਈ ਆ ਉਹ ਤਾਂ ਕਹਿੰਦੀ ਮੈਂ ਤਾਂ ਆਪੇ ਵਕਜੂ ਬਥੇਰਾ ਸੰਦੀਪ ਨੂੰ ਕਹੇ ਹਾਦੀ ਮਾਂ ਛੱਡਿਆ ਕਹਿੰਦਾ ਮੈਂ ਨਹੀਂ ਜਾਂਦਾ ਮੁਖੀ ਨੂੰ ਤਾਂ ਤਾਂ ਪਤਾ ਲੱਗੇ ਜੇ ਘਰ ਦਾ ਮੁਖੀ ਇੱਕ ਹੋਵੇ ਸਾਰੀ ਮੁਖੀ ਨੇ ਤਾਂ ਹਾਂ ਇਹ ਸਾਲ ਦਾ ਸਿਆਪਾ ਹੋ ਗਿਆ ਤਾਂ ਖੜਾ ਹੈ ਚੱਕਿਆ ਜਾਵੇ ਤੁਖ ਮਹੇਜੇ ਦਾ ਲੈ ਹੁਣ ਉਹਦਾ ਕੀ ਪਤਾ ਸਾਲ 2 ਸਾਲ ਨਾ ਮੁੜੇ ਫੇਰ ਹੁਣ ਮੈਨੂੰ ਕੀ ਪਤਾ ਭਾਈ ਮੈਂ ਕੀ ਕਿਹਾ ਉਹਨੂੰ ਮੇਰਾ ਕੁਝ ਕਿਹਾ ਨਹੀਂ ਮੈਂ ਤਾਂ ਦਿਨ ਕੱਟੀਆਂ ਜਾਂਦੀ ਚੁੱਪ ਕਰਕੇ ਤੂੰ ਸਿਆਣੀ ਬੈਣੀ ਚਕਾਦਾ ਬਾਈ ਗੋ ਨੂੰ ਤਾਂ ਰੋਕੀ ਕਿਉਂਣਾ ਬਈ ਉਹ ਲੈ ਦੇਖ ਲੈ ਮੈਂ ਰੋਕੀ ਕਿਉਂਣਾ ਕਰਨਾ ਲੈ ਰੋਕੀ ਕਿਉਂਣਾ ਨੇ ਦੇਖ ਲੈ ਕਿ ਮੈਂ ਅੱਗੇ ਨਹੀਂ ਗੱਲ ਕਰਨਾ ਹਾਂ ਨਹੀਂ ਮੈਨੂੰ ਪਤਾ ਮੈਂ ਕਿੰਨੇ ਕਰਨਾ ਨੇ ਤੇ ਸਾਹਮਣੇ ਫਿਰ ਇੱਕ ਗੱਲ ਹੋਰ ਆ ਜੇ ਆਪਦੀ ਮਾਸੀ ਕੋਲ ਗਈ ਆ ਉਹ ਹਾਂ ਫਿਰ ਤਾਂ ਮੈਨੂੰ ਵੀ ਬੁਲਾਇਆ ਹੂ ਉਹਨੇ ਹੋਰ ਮਾਸੀ ਉਹ ਤੇਰਾ ਉੱਥੇ ਕੀ ਕੰਮ ਹੈ ਮੇਰਾ ਕੱਕ ਆ ਤਕਾਇਆ ਹੋਊਗਾ ਉਹ ਤੇਰਾ ਕੱਕ ਤਾਂ ਪਹਿਲਾਂ ਆਇਆ ਹੋਊ ਇਹਦੇ ਅਲਾਵਾ ਹੋਰ ਹੋਰ ਦੇਖ ਲੈ ਆਪਦੀ ਪਈ ਪਈਆ ਦੂਜੀ ਨੀ ਮੇੜਦਾਨੀ ਨਾ ਹਾਂ ਆਬਦੀ ਹੋਟਲ ਬਣਾ ਖੜੀ ਹੈ ਉਜੜਾ ਜਾਵੇ ਕਮਲੀ ਨੂੰ ਚਰਤ ਇਹਨੂੰ ਮੇਰੀ ਗੱਲ ਸੁਣ ਕੋਈ ਨਾ ਹਾਂ ਇਹ ਤਾਂ ਫਿਰ ਰਾਮਾ ਹੋ ਗਿਆ ਆਪਣਾ ਨਾਜ਼ਰ ਇਹ ਤਾਂ ਮੇਰੇ ਸਾਲ ਦੀ ਟਰਾਲੀ ਭਰ ਕੇ ਦਾ ਤੀਮਿਆਂ ਦੀ ਲੈ ਕੇ ਆਉਣੀ ਪੂ ਕਿਤੋਂ ਇਹ ਤਾਂ ਸਾਰੇ ਬੰਦੇ ਦੂਜੇ ਹੋ ਗਏ ਹੈਂ ਹੋਰ ਆਉਦਾ ਮੈਂ ਲੈ ਆਪੀ ਹਾਂ ਹੁਣ ਇੰਨੇ ਜੜਾ ਨੂੰ ਕਿੱਥੇ ਕਰਾਂਗੇ ਡੋਲੇ 50000 ਪਰ ਬੰਦਾ ਲੈ ਮੈਂ ਆਪੀ ਲਵਾਂ ਮੇਰੀ ਗੱਲ ਸੁਣ ਲੈ ਕੋਈ ਤਾਂ ਹੀਲਾ ਕਰਨਾ ਆਪੂ ਭਾਈ ਮੈਂ ਤਾਂ ਮੁੰਡਾ ਆਪਦਾ ਦਵਾਰੇ ਵਿਆਹ ਲੂ ਹੋਰ ਹੋਰ ਮੰਡੀਆਂ ਦਾ ਇਨਸਪੈਕਟਰ ਆ ਨਾ ਵੀ ਰਿਸ਼ਤੇ ਵਾਲੇ ਮਗਰ ਮਗਰ ਫਿਰਦੇ ਨੇ ਗੱਲਾਂ ਦਾ ਦੇਖ ਲੈ ਕਿਹੜੀਆਂ ਕਰਦੀ ਆ ਮੈਨੂੰ ਪਤਾ ਪਹਿਲਾਂ ਕਿਵੇਂ ਕਰਾਂਗਾ ਮੈਂ ਸਾਖ ਮੈਂ ਤਪਸਤ ਕਰਕੇ ਲੋਕਾਂ ਦੀਆਂ ਚੁੱਪ ਕਰਕੇ ਬਹਿ ਜਾ ਹੈ ਮੇਰੇ ਮੁੰਡੇ ਚ ਕੋਈ ਕਮੀ ਐ ਮਦਾ ਬੋਲਦਾ ਨਹੀਂ ਰਾਮਿਆ ਭਾਈ ਕੋਣ ਨਹੀਂ ਮੰਨੇ ਤੇਰਾ ਕਿਸੇ ਨੇ ਮੇਰੇ ਤੋਂ ਬਿਨਾ ਆ ਗਈਆਂ ਆ ਗਈਆਂ ਮੂਰੇ ਆ ਗਈਆਂ ਮੂਰੇ ਆ ਗਈਆਂ ਹਾਂ ਤੂੰ ਫਿਰ ਜਾ ਕਰੇ ਤੇ ਮਗਰ ਸਾਨੂੰ ਤਾਂ ਲੋੜ ਨਹੀਂ ਗੁਣ ਮੇਰਾ ਸਾਲਾ 2 ਲੱਖ ਚ ਕਰਿਆਤੀ ਮੇਰੀ ਗੱਲ ਸੁਣੋ ਦੇਖੋ ਠੀਕ ਐ ਪੰਜ ਬੰਦੇ ਬੈਠਿਓ ਤੁਸੀਂ ਪੰਜ ਹੋਗੇ ਸਹੀਓ ਪੰਜ ਬੰਦੇ ਹੁੰਦੇ ਨੇ ਪੰਚਾਇਤ ਦੇ ਠੀਕ ਆ ਜਿੱਥੇ ਚਾਰ ਬੰਦੇ ਬੈਠਣੋਂ ਪੰਚਾਇਤ ਹੀ ਹੁੰਦੀ ਆ ਸਮਝ ਆ ਸਮਝ ਗਿਆ ਠੀਕ ਆ ਹਾਂ ਮੈਂ ਬਈ ਕੇਨਾ ਅਗਲੇ ਦੇ ਘਰੇ ਤਲਾ ਦੇ ਕੇ ਆਉਣਾ ਪ੍ਰੀਤੋ ਨੂੰ ਵੀ ਐਂ ਕਰਕੇ ਉਹ ਪਈ ਐਂ ਪਾ ਗਈ ਕੱਲ ਨੂੰ ਅਗਲੀ ਕੁਸ ਖਾ ਪੀ ਕੇ ਮਰ ਗਈ ਇੱਥੇ ਪਰਚਾ ਦਰਜ ਹੋ ਜੂ ਹਾਂ ਬਾਬਾ ਕਰ ਦੂ ਅਗਲਾ ਮੇਰੀ ਗੱਲ ਸੁਣ ਲੈ ਮੈਂ ਪ੍ਰੀਤੋ ਦੇ ਘਰੇ ਤੇ ਨਹੀਂ ਜਾਣੀ ਦਿੰਦੀ ਉੱਥੇ ਜਾ ਕੇ ਤੂੰ ਬਦਲ ਜੰਨਾ ਤੇਰੀ ਜਵਾਨ ਨਹੀਂ ਰਹੇਗੀ ਫਿਰ ਹੁਣ ਜਦੋਂ ਆਏ ਨੂੰ ਕਰੋ ਰੁੱਸ ਕੇ ਭਾਗੀ ਹੈ ਉਹਨਾਂ ਦੀ ਕੁੜੀ ਵੀ ਗਈ ਆ ਜੇ ਤਾਂ ਕੋਈ ਆਪਣਾ ਸੰਦੀਪ ਛੱਡਣ ਗਿਆ ਹੋਵੇ ਤਾਂ ਵੀ ਹਾਂ ਹਾਂ ਵੇ ਗਿਆ ਤਾਂ ਸੰਦੀਪ ਆ ਛੱਡਣ ਮੈਂ ਤਾਂ ਤੈਨੂੰ ਡਰਦੀ ਨੇ ਦੱਸਿਆ ਨਹੀਂ ਡਰਦੀ ਨੂੰ ਫਿਰ ਤੂੰ ਚਾਰ ਦੀ ਕਿਵੇਂ ਮੈਨੂੰ ਚਾਰਾਂ ਨਾ ਤੂੰ ਮੈਨੂੰ ਚਾਰਦਾ ਮੈਨੂੰ ਚਾਰ ਦਾ ਨਾਲੇ ਹੋਰ ਹਾਂ ਜੀ ਫਿਰ ਇਹ ਜਮਾਨਤ ਨਹੀਂ ਹੋਣੀ ਹਾਂ ਕਿਹੜੀਆਂ ਮਾਰਦੇ ਫੋਕਰੀਆਂ ਤੂੰ ਉਹ ਅੰਬੋ ਜਾਣਾ ਪਊਗਾ ਨਹੀਂ ਡੋਲੇ ਨੂੰ ਫਿਰ ਮੁੜੇ ਆਉਗੀ 5-6 ਮਹੀਨਿਆਂ ਨੂੰ ਤੂੰ ਡੋਲਿਆ ਜਾਂ ਗੱਲਾਂ ਕੀ ਕਰਦੀਆਂ ਇਹੇ ਉਹ ਮੋੜਨ ਵਾਲੀਆਂ ਗੱਲਾਂ ਕਰਕੇ ਨਹੀਂ ਗਈ ਘਰੇ ਤੂੰ ਜਾਣ ਦੇ ਨਾ ਖੜ ਜਾ ਨਾ ਤੇਰਾ ਧੁੱਪ ਰੇ ਸਾਡੇ ਘਰ ਦੀ ਗੱਲ ਆ ਇਹ ਵੇਚਣਾ ਬੋਲ ਜਦ ਅੱਛਾ ਜੇ ਉਹ ਨਹੀਂ ਮੁੜਦੀ ਫੇਰ ਕੀ ਕਰੇਗੀ ਤੂੰ ਫੇਰ ਆਪਾਂ ਮੁੰਡਾ ਦੁਬਾਰੇ ਵੇਹ ਲਾਂਗੇ ਨਾ 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 ਹੋਰ ਫੇਰ ਕੀ ਕਰਨਾ ਹੈ ਮੈਨੂੰ ਐ ਦੱਸ ਐ ਨੀ ਅੱਜ ਨਾ ਨੀਆ ਕਿਥੋਂ ਆਉਣਗੀ ਆ ਨਾਜਰ ਕਹਿੰਦਾ ਮੇਰਾ ਵਿਆਹ ਕਰੋ ਹੈ ਰਾਮਾ ਕਹਦਾ ਮੇਰਾ ਵਿਆਹ ਕਰੋ ਸੰਦੀਪ ਦਾ ਵਿਆਹ ਕਰੋ ਬਿੱਤੀ ਮੈਂ ਹੋਏ ਨਾ ਤਿਆਰ ਕਦੇ ਕਦਾਈ ਹੋਰ ਤੂੰ ਤਾਂ ਜਰੂਰ ਲਿਆ ਗੱਲ ਆ ਹੀ ਨਹੀਂ ਉ ਗੱਲ ਹੈ ਤਾਂ ਭੱਗ ਜਾ ਭੱਗ ਜਾ ਆਪਾਂ ਤਾਂ ਉ ਗੱਲ ਕਰੀ ਐ ਪਕੜਾ ਲੈ ਆਏ ਹਜੇ ਦੇਖੋ ਜੀ ਮੈਂ ਜਾਣਾ ਉਹਨਾਂ ਤੇ ਕਿਹੜਾ ਕੇਰਾ ਤਲਾ ਲਾਉਣ ਚਲੋ ਜੀ ਵੀ ਭਾਈ ਗੱਲ ਆਏ ਕਰਕੇ ਆਏ ਆ ਤੂੰ ਤਲੀ ਨਾ ਕੁੱਟ ਤੂੰ ਗੱਲ ਆਵੇ ਠੀਕ ਆ ਠੀਕ ਹੈ ਮੈਂ ਪ੍ਰੀਤੋ ਨੂੰ ਕੇਰਾ ਕਿਹਾ ਮਾ ਬਿਪਾ ਇਹੇ ਮੇਰੀ ਗੈਰ ਹਾਜ਼ਰੀ ਚ ਹੋ ਗਿਆ ਕੰਮ ਮਾਤਾ ਦਿਨ ਮੈਨੂੰ ਤਾਂ ਤੇਰੇ ਤੇ ਪੂਰਾ ਤਵਾਰੀ ਨਹੀਂ ਮਾਤਾ ਤੈਨੂੰ ਪੂਰੀ ਤੋਕੇ ਜਾਣ ਹੀ ਨਹੀਂ ਬਾਲੇ ਬੰਦੇ ਲੈ ਜਾਣ ਦੀ ਲੋੜ ਨਹੀਂ ਆਪਾਂ ਚੱਲਾਂ ਦੋਨੇ ਜਿੰਦਰਾ ਚਲੋ ਤੂੰ ਤੇ ਤੇਰਾ ਫੁੱਪੜ ਪਾਈ ਖੇਤੀ ਸਾਮ ਸਾਨੂੰ ਆਈ ਨਹੀਂ ਪਤਾ ਰਾਤ ਲੱਗੇ ਉੱਥੇ ਰਾਤ ਰਹਾਗੇ ਉੱਥੇ ਕਿਉਂਕਿ ਆਇਆ ਅਗਲਾ ਵੀ ਮੂਰੋ ਬਲਾਉ ਕਿਸੇ ਨੂੰ ਜਿੰਦਰਾ ਮੇਰੀ ਗੱਲ ਸੁਣ ਤੂੰ ਨਾਲ ਵਗ ਜੀ ਕੋਈ ਚੱਜੀ ਸੰਢੀ ਗੱਲ ਹੋ ਜਾਂਦੀ ਹੈ ਤੂੰ ਚੁੱਪ ਚਾਪ ਜਾਬਣਾ ਕਟਾਲੀ ਮੇਤੋਂ ਚਾਬੀ ਤਾਂ ਮੇਰੇ ਕੋਲ ਹੀ ਆ ਮੋਟਰ ਤੇ ਸੀ ਖੜਾ ਹੋ ਖੜਾ ਹੋ ਖੜਾ ਚੱਲ ਚੰਗਾ ਫਿਰ ਮੈਂ ਜਾਂਨਾ ਸੰਘਾ ਤੂੰ ਜਾਂਦੇ ਨਹੀਂ ਫਿਰ ਮੈਨੂੰ ਮੈਨੂੰ ਮੇਰੇ ਸਾਲਿਓ ਮੇਰਾ ਵੀ ਕੰਮ ਆਤੀ ਉੱਥੇ ਮੈਂ ਤੈਨੂੰ ਕਹੀ ਹਾਕੀ ਦੀ ਵੀ ਤੋ ਉਹਦੇ ਨਾਲ ਨਾਲ ਰਹੀ ਤੂੰ ਕਿਉਂ ਪਿੱਛੇ ਹਟਾ ਜਾਂਦਾ ਮੈਂ ਕਿਹੜਾ ਕਹਿੰਦਾ ਹਾਂ ਚ ਸਿੱਟ ਜਾਣਗੇ ਮੈਨੂੰ ਉਹ ਅੱਜ ਕਿਵੇਂ ਸਿੱਟ ਜਾਣਗੇ ਦੇਣਾ ਕੁਛ ਉਹਨਾਂ ਦਾ ਚੱਲ ਮੈਂ ਵੀ ਜਾਂਨਾ ਦੇ ਵਗ ਜਾ ਨਾ ਜਾ ਮਾਂ ਕਰ ਬਠਿਆ ਮਮਾ ਕਰ ਬਗ ਜੀ ਬਗ ਜੀ ਹੋਰ ਆ ਨਾ ਮੂਰੀ ਕਹਿੰਦੀ ਅੰਬੋਨੇ ਕੇ ਹੈ ਫਿਰ ਜਾਉਂਗਾ ਭੈਣ ਜੀ ਕੋ ਕੰਮ ਤਾਂ ਨਹੀਂ ਹੈਗਾ ਨਹੀਂ ਫਿਰ ਮੈਂ ਪੈ ਜਾਣਾ ਬੇਨਾਜਰਾ ਮੇਰੀ ਗੱਲ ਸੁਣ ਲੈ ਇਸ ਘਰ ਦੇ ਕੰਮ ਤਾਂ ਸਾਰੀਓ ਮੁੰਨੇ ਨਿਭੜਦੇ ਇੱਥੇ ਕੰਮ ਦਾ ਘੱਟ ਨੇ ਰੱਟੇ ਵੱਧ ਨੇ ਉਹਨੀ ਲੋਟਾਉਂਦੇ ਆਏ ਦੀ ਦੇਖੋ ਦੋਏ ਉਹ ਬਾਗੇ ਤੀਜਾ ਕਰਨੈਲ ਵਾਗਿਆ ਹੁਣ ਕਰੇ ਕੰਮ ਵੀ ਤਾਂ ਕਰਨਾ ਪਊ ਨਾ ਆਪਣਾ ਸੰਦੀਪਾ ਮੈਨੂੰ ਤਾਂ ਭਾਈ ਸੰਗ ਲੱਗਦੀ ਆ ਤੂੰ ਪਾਇਆ ਦੇਖੇ ਮੈਂ ਆਪੇ ਕਰ ਲੂੰ ਜਿਹੜਾ ਕੰਮ ਕਰਨ ਵਾਲਾ ਹੋਊਗਾ ਬਸ ਇਹ ਜਵੇਂ ਠੀਕ ਆ ਛੱਪਾ ਜਾਣ ਨੂੰ ਮੇਰੀ ਨੂੰ ਜਿਹੜੀ ਦੇਖ ਲਈ ਪੈਉ ਪਊਆ ਤੈਨੂੰ ਪਊਆ ਦੀ ਹੋਰੀ ਸਾਡਾ ਘਰੋਂ ਜਿਹੜਾ ਜਾਂਦਾ ਓ ਕਦਰ ਨਹੀਂ ਉੱਜੜਦਾ ਨਾ ਮਿਲਿਆ ਵਾਂਗੇ ਸੰਦੀਪੇ ਵਾਸਤੇ ਔਰ ਇਹਦੇ ਖੀ ਡੀਜੇ ਲੱਗਦੇ ਹੈਲੋ ਹੈਲੋ ਰਾਣੀ ਬੋਲਦੀ ਆ ਹਾਂ ਆ ਹੋ ਕਿਵੇਂ ਆ ਕੀ ਕੰਮ ਦੀ ਤੂੰ ਦੱਸ ਕਿਵੇਂ ਆ ਕਿੱਧਰ ਜਾ ਰਹੀਆਂ ਨਹੀਂ ਨਹੀਂ ਮੈਂ ਤਾਂ ਨਾ ਸਾਡੀ ਕੁੜੀ ਕੋਲੇ ਗਈ ਸੀ ਮੇਰੇ ਨਾਮ ਤੇ ਕੋਲੇ ਅੱਛਾ ਓਹੋ ਉਹ ਤਾਂ ਹੀ ਆਦਾ ਫੜਾਇਆ ਮਾਂ ਉਹ ਉਹ ਤਾਂ ਗੱਲ ਠੀਕ ਆ ਮੇਰੀ ਗੱਲ ਸੁਣ ਇੱਕ ਹਾਂ ਮੈਂ ਨਾ ਕੱਲ ਦਵਾਈ ਲੈਣ ਗਈ ਸੀ ਪਿੰਡ 'ਚ ਮੇਰਾ ਨਾ ਬੀਪੀ ਜਾ ਬਲਾਈ ਵਧਿਆ ਪੈ ਸੀਗਾ ਤੇ ਮੈਂ ਤਾਂ ਹੋਰ ਹੀ ਗੱਲ ਸੁਣੀਆ ਨਹੀਂ ਨਹੀਂ ਕੀ ਸੁਣੀ ਆਈ ਉਹ ਨਹੀਂ ਹੈਗੀ ਤੇ ਸਿਬੋ ਉਹਨਾਂ ਦੇ ਕਰਨਾਲ ਕੇ ਕਹਿੰਦੇ ਉਹਨਾਂ ਦੇ ਨੂੰਹ ਭੱਜ ਗਈ ਕੁੜੇ ਗਲੈਂਡ ਗਲੂੰਡ ਵਾਗੀ ਜਿਹੜੀ ਪਾਂ ਤੋਦਦੇ ਆਪਾਂ ਨੂੰ ਮਿਲੇ ਤੀ ਪੰਤ ਕਹਿੰਦਾ ਤੇ ਜਿਹੜਾ ਉਹਦੀ ਕੁੜੀ ਨਹੀਂ ਹਾਂ ਉਹਦੀ ਕੁੜੀ ਲੈ ਨਹੀਂ ਥੋੜਾ ਹੀ ਆ ਗਿਆ ਹੋਰ ਨਹੀਂ ਇਹ ਮੈਂ ਤਾਂ ਆਪੋ ਸਿੱਬੋ ਕੇ ਜਾਂਦੇ ਤਾਂ ਹੁੰਨੇ ਆ ਪੜੀ ਆਪਾਂ ਪਤਾ ਲੈਣ ਵਾਸਤੇ ਉਹਨਾਂ ਦੇ ਸੀਰੀ ਤਾਂ ਕਹੇ ਤੇ ਹੈਗੇ ਤੇ ਪਤਾ ਲੈਣਾ ਆ ਹੋਰ ਮੈਂ ਸਮਝ ਗਈ ਉਹਨਾਂ ਦੇ ਉਹ ਸੱਤਾਂ ਜਿੱਤੀ ਸੀਰੀ ਦੇ ਹਾਂ ਤੇ ਕਹਿੰਦੇ ਉਹਨਾਂ ਦੀ ਨੂੰਹ ਕਹਿੰਦੇ ਪੱਕੇ ਪੈਰੀ ਬਾਗੀ ਬਾਰੇ ਅੱਛਾ ਲਓ ਕਹਿੰਦੇ ਮੁੰਡਾ ਮੁੰਡਾ ਤਾਂ ਉਰੀ ਫਿਰਦਾਗਾ ਮੁੰਡੇ ਨੂੰ ਨੀ ਹੁਣ ਲੈ ਲੁਕੇ ਜਾਂਦੀ ਹੈਗੀ ਉਹ ਫਿਰ ਉਹ ਹੋਰ ਕਰਾਊਗੀ ਉੱਧਰ ਜਾ ਕੇ ਮੈਂ ਤਾਂ ਇਹ ਸੁਣਿਆਗਾ ਕਹਿੰਦੇ ਸੀਬੋ ਕਹਿੰਦੀ ਆਗੀ ਮੈਂ ਤਾਂ ਮੁੰਡੇ ਦਾ ਹੋਰ ਵਿਆਹ ਕਰੂੰਗੀ ਅੱਛਾ ਫੇ ਤਾਂ ਸੀਬੋ ਹੋਰ ਵਿਆਹ ਨੂੰ ਕਿੱਥੋਂ ਵੀ ਕਰਾਊਗੀ ਜਿੰਦਾ ਪੁੱਤ ਹੈ ਤੇ ਸੀਬੋ ਨਾਲ ਨਾ ਸੀਬੋ ਨੇ ਬਿਠਾਈਆਂ ਕਰੀਆਂ ਸੱਤ ਨਾਲ ਇਹਨੇ ਵੀ ਬਣੀ ਜਾਂਦੀਆਂ ਨੇ ਹੁਣ ਉਹੀ ਤਾਂ ਹੈ ਮੈਂ ਤਾਂ ਭਈ ਕਹਿੰਦੀ ਸੀ ਤੈਨੂੰ ਵਿਆਹ ਹੱਥ ਕਰ ਲੈ ਹੱਥ ਭਰ ਲੈ ਹੁਣ ਤਾਂ ਨਾ ਨਰਕ ਸੁਰਗ ਰੱਬ ਉਰੀ ਦਿਖਾ ਦਿੰਦਾ ਤੇ ਮੇਰੀ ਗੱਲ ਸੁਣਾ ਤੇ ਕਹਿੰਦੇ ਮੈਂ ਤਾਂ ਐ ਵੀ ਸੁਣਿਆਗਾ ਵੀ ਉਹ ਕੁੜੀ ਕਹਿੰਦੀ ਹੈਗੀ ਵੀ ਮੈਂ ਤਾਂ ਇਹਨਾਂ ਨੂੰ ਬੁਲਾਉਂਦੀ ਨੇ ਭਣੇ ਉਹ ਤਾਂ ਬਾਲੀ ਸਾਉਤੀ ਕੁੜੀ ਮੂਰੇ ਨਹੀਂ ਸੀ ਬੋਲਦੀ ਇਹ ਸੀ ਬੋ ਥੋੜੀ ਜੀ ਟੜਕ ਸੁਭਾਦੀ ਆ ਨਹੀਂ ਹੋਰ ਉਹ ਤਾਂ ਵਧੀਆ ਵੀ ਜਿਹੜਾ ਸੁਭਾਅ ਹੁਣ ਪੜੀਏ ਤਾਂ ਹਾਂ ਟਕ ਮਾਰਨਾ ਨਿਕੜਦੀ ਉਹ ਮੂਨਾ ਤਾਂ ਕਿੱਥੋਂ ਕੱਟਣ ਦੀ ਹਾਂ ਉਹ ਕਿੱਥੋਂ ਕੱਟਦੀ ਆ ਤੇ ਮੇਰੀ ਗੱਲ ਸੁਣਾ ਤੈਨ ਮੈਂ ਐ ਕਹਿੰਨੀ ਆ ਤੂੰ ਹੁਣ ਇੱਥੋਂ ਕਦਮਾਵੇਂਗੀ ਨਹੀਂ ਹੂੰ ਤਾਂ ਮੈਨੂੰ ਐ ਥੀ ਵੀ ਇੱਕ ਦੋ ਦਿਨ ਲਾਏ ਆਉਂਦੀ ਹਨਾ ਹਾਂ ਤੂੰ ਐ ਕਰੀ ਛੇਤੀ ਆ ਜੀ ਆਪਾਂ ਜਾ ਕੇ ਆਵਾਂਗੇ ਉੱਥੇ ਠੀਕ ਆ ਹਾਂ ਜ਼ਰੂਰ ਜਾ ਕੇ ਆਵਾਂਗੇ ਹਾਂ ਪਤਾ ਲੈ ਆਵਾਂਗੇ ਉਹ ਤਾਂ ਮੈਂ ਗੇੜਾ ਮਾਰ ਕੇ ਆਉਣੀ ਆ ਫਿਰ ਨਹੀਂ ਇੱਕ ਗੇੜਾ ਤੇਰੇ ਨਾਲ ਮਾਰਾਂਗੀ ਚਲ ਐ ਕਰ ਲਾਂਗੇ ਫਿਰ ਮੇਰੀ ਗੱਲ ਸੁਣ ਕਰਨੈਲ ਹੀ ਟਕਰਿਆ ਕਦੇ ਨਾ ਨਹੀਂ ਟਕਰਿਆ ਨਹੀਂ ਤੂੰ ਛੱਡ ਪਰਾ ਕਰਨੈਲ ਨੂੰ ਚੰਗਾ ਮੈਂ ਲੇਟ ਹੋਈ ਜਾਨੀ ਆ ਫਿਰ ਧੁੱਪ ਚੜਜੂ ਮੈਂ ਜਾਇਆ ਮਾ ਉਧਰ ਜੀ ਚੰਗਾ ਐ ਕਰੀ ਜੇ ਕਿਤੇ ਕਰਨੈਲ ਟਕਰਿਆ ਪਰਿਆ ਬੜੋ ਕਿਉਂ ਨੋ ਪੁੱਛੀ ਚੰਗਾ ਠੀਕ ਆ ਚੰਗਾ ਚੰਗਾ ਓਹੋ ਗਰਮੀ ਦਾ ਵੀ ਕੁਝ ਨਹੀਂ ਸਫਰ ਕੋਈ ਮੋਟਰਸਾਈਕਲ ਦਾ ਬੇਬੇ ਬੇਬੇ ਬੇ ਹਾਂ ਦੱਸ ਇੱਧਰ ਬੜੀ ਖੜੀ ਐ ਬੇ ਇੱਧਰ ਸੋਚ ਕੰਮ ਕਰਦੀ ਸੀ ਪਾਣੀ ਲਿਆ ਕੇ ਦੇ ਕੋਟਾ ਪਾਣੀ ਤਾਂ ਲਿਆ ਦੂੰ ਮੈਂ ਨਾ ਦੱਸ ਪਰਾਂ ਬਣ ਕੇ ਕੰਮ ਹੋ ਹਾਂ ਹਾਂ ਛੱਡਿਆ ਆ ਛੱਡਿਆ ਆ ਕੋਈ ਬੋਲਿਆ ਤਾਂ ਨਹੀਂ ਕੁਛ ਬੋਲਣਾ ਕਿਹਨੇ ਆ ਆਉਦੀ ਮਾਸੀ ਨਾਲ ਬਾਕੀ ਦੋ ਜਣੀਆਂ ਜਾਣਗੀਆਂ ਉਹ ਵਧੀਆ ਆਪਣੇ ਪੈਸੇ ਬਚ ਗਏ ਉਹਨੇ ਪੈਸੇ ਲਾਤੇ ਟ੍ਰੈਕਟਰ ਉੱਤੇ ਦੇ ਬੇ ਮੇਰੀ ਗੱਲ ਸੁਣ ਲੈ ਪਰਾਂ ਡੰਡਿਆ ਵੱਡਿਆ ਗਿਆ ਉਹੀ ਗੱਲ ਲੈ ਕੇ ਹੁਣ ਉਹਨੇ ਮੁੜ ਕੇ ਆਉਣਾ ਨਹੀਂ ਕਰਨਾ ਨੀ ਇਹ ਤਾਂ ਮੈਨੂੰ ਪਤਾ ਓਏ ਆਉਣਾ ਕਾਨੂੰ ਨਹੀਂ ਤਾ ਉਹੀ ਮਰੀ ਜਾਂਨੇ ਬੇਬੇ ਸਾਲ 6 ਮਹੀਨੇ ਲਾਉਗੀ ਮੁੜੇ ਆਉਗੀ ਤਾਂ ਸਕੇ ਉਹਦਾ ਕੀ ਫਿਰ ਸਾਲ 6 ਮਹੀਨੇ ਨੂੰ ਮੁੜੇ ਨਾ ਮੁੜੇ ਮੈਂ ਤਾਂ ਤੈਨੂੰ ਦੁਬਾਰੇ ਵਿਆਹੂੰ ਦੁਬਾਰੇ ਕੀ ਉਹੀ ਵੇਹ ਜਾਂਦਾ ਮਸਾ ਤਾਂ ਪਹਿਲਾਂ ਸਾਖ ਹੋਇਆ ਸੀ ਬਸੇਰੇ ਸਾਖ ਤੈਨੂੰ ਸਾਕਾਂ ਲਗਾਤਾ ਉਹਦੇ ਵੀ ਨਾ ਚੱਲ ਕੋਈ ਨਾ ਜੇ ਨਾ ਮੁੜੀ ਫਿਰ ਸੋਚ ਲਾਂਗੇ ਕੀ ਪਤਾ ਲੱਗਦਾ ਮੈਨੂੰ ਪਰੋਸਾਂ ਜਗਾ ਤੈਨੂੰ ਹਲੇ ਵਿੱਚ ਕੀਨ ਹੈ ਚੱਲ ਫਿਰ ਸੋਚਿਆ ਜਾਊਗਾ ਜੇ ਨਾ ਮੁੜ ਕੇ ਆਈ ਹੁਣੀ ਕਿਉਂ ਤਾਂ ਢੋਲ ਪਾਲਿਆ ਗਲ ਚ ਚੱਲ ਚੰਗਾ ਆਹੋ ਪਾਣੀ ਦੀ ਘੁੱਟ ਲਿਆ ਦੇ ਪੁੱਠੀ ਸੋਚੂ ਹਰੇਕ ਗੱਲ ਨੂੰ